ਗੁਰੂ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਦੇ ਸਦਕਾ ਇੱਥੇ ਬਿਰਾਜਮਾਨ ਮੌਜਿਜ਼ ਹਾਜ਼ਰੀਨ, ਸਤਿਕਾਰਯੋਗ ਤਾਲੀਬਾਨ, ਮੇਰੇ ਵਿਦਿਆਰਥੀ ਵੀਰ, ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਮੁਕੱਦਸ ਪਵਿੱਤਰ ਫਤਿਹ ਬੁਲੰਦ ਕਰੀਏ। ਸਤਿਕਾਰ ਸਾਹਿਤ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਮੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਡਾਕਟਰ ਸੇਵਕ ਸਿੰਘ ਹੁਣਾਂ ਨੇ ਆਪ ਜੀ ਦੇ ਨਾਲ ਕੁਝ ਵਿਚਾਰਾਂ ਸਾਂਝੀਆਂ ਕੀਤੀਆਂ ਨੇ। ਤਾਰੀਖ ਅਤੇ ਫਲਸਫੇ ਦੇ ਨਜ਼ਰੀਏ ਤੋਂ ਵੇਖਿਆ ਜਾਵੇ ਤਾਂ ਬੜੀ ਸੂਖਮਤਾ ਦੇ ਨਾਲ ਅਧਿਐਨ ਕਰਨ ਵਾਲੀਆਂ ਗੱਲਾਂ ਨੇ ਉਹ, ਔਰ ਇਹ ਅੰਤਮ ਸੱਚ ਹੈ। ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਉਸੇ ਤਰ੍ਹਾਂ ਹੀ ਇਹ ਸਨਅਤਕਾਰੀ ਦੇ ਢਾਂਚੇ ਦੇ ਵਿੱਚ ਉਹ ਸਭ ਕੁਝ ਵਾਪਰ ਰਿਹਾ, ਔਰ ਜਿਸ ਤਰ੍ਹਾਂ ਦੇ ਨਾਲ ਸਾਡੀ ਕੌਮ ਦੇ ਜਿਹੜੇ ਅਹਿਮ ਥੰਮ ਸੀ ਉਹਨਾਂ ਨੂੰ ਜਿਸ ਦਾਇਰੇ 'ਚ ਲਿਆਉਂਦਾ ਜਾ ਰਿਹਾ, ਉਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਹੀ ਸੂਖਮਤਾ ਦੇ ਨਾਲ ਸਮਝਣ ਦੀ ਲੋੜ ਹੈ। ਮੈਂ ਜਿਹੜੀ ਗੱਲ ਵੀਰ ਜੀ ਨੇ ਕਹੀ ਸੀ ਤਾਰੀਖ ਇਤਿਹਾਸ, ਅਸੀਂ ਇਤਿਹਾਸ ਨੂੰ, ਮੈਨੂੰ ਲੱਗਦਾ ਹੈ ਕਿ ਜਦੋਂ ਸੰਗਤਾਂ ਦੇ ਨਾਲ ਵਿਚਾਰ ਕਰਨੀ ਹੋਵੇ ਸਾਨੂੰ ਖਾਸ ਕਰਕੇ ਬੁਲਾ ਰਿਹਾ ਉਹਨੂੰ, ਇਸ ਗੱਲ ਤੋਂ ਗਰੇਜ਼ ਕਰਨਾ ਚਾਹੀਦਾ ਕਿ ਜਾਂ ਅਸੀਂ ਪੱਛਮ ਸੱਭਿਆਚਾਰ ਜਾਂ ਉਹਨਾਂ ਦੀ ਇਤਿਹਾਸਕਾਰੀ ਦੀ ਤਰਜ਼ਾਂ ਦੇ ਉੱਪਰ ਕਰੀਏ, ਜਾਂ ਫਿਰ ਅਸੀਂ ਇੱਥੋਂ ਦੀ ਪੁਰਾਣਿਕ ਪਰੰਪਰਾ ਨੂੰ ਆਧਾਰ ਮੰਨੀਏ। ਨਹੀਂ, ਸਾਡਾ ਇੱਕ ਆਪਣਾ ਆਧਾਰ ਹੋਣਾ ਚਾਹੀਦਾ, ਸਾਡਾ ਇੱਕ ਦਾਇਰਾ ਵੱਖਰਾ ਹੈ। ਜਦੋਂ ਅਸੀਂ ਨਿਆਰੇ ਖਾਲਸੇ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਸਾਨੂੰ ਉਹ ਗੱਲਾਂ ਕਰਨੀਆਂ ਪੈਣਗੀਆਂ ਜਿਹੜੀਆਂ ਗੱਲਾਂ ਗੁਰੂ ਪਾਤਸ਼ਾਹ ਨੇ ਉਸ ਸਮੇਂ ਆਪਣੇ ਜੀਵਨ ਦੇ ਵਿੱਚ ਹੰਢਾਈਆਂ, ਜਿਹੜੇ ਵਰਤਾਰੇ ਵਾਪਰੇ, ਅਤੇ ਉਹਨਾਂ ਦੀ ਅੱਜ ਅਹਿਮੀਅਤ ਕੀ ਹੈ, ਰੈਲੀਵੈਂਸੀ ਕੀ ਹੈ। ਸਲ ਪੱਚ ਗੁਰੂ ਅਮਰਦਾਸ ਪਾਤਸ਼ਾਹ ਦੇ ਬਾਰੇ ਜਦੋਂ ਗੱਲ ਕਰਦੇ ਆ ਦੋ ਸ਼ਬਦਾਂ ਦੇ ਵਿੱਚ ਬਹੁਤ ਵੱਡਾ ਦਾਇਰਾ ਸਾਡੇ ਸਾਹਮਣੇ ਰੱਖਦੇ, ਮੈਂ ਦਾਇਰਾ ਵੀ ਨਹੀਂ ਕਹਿ ਸਕਦਾ ਕਿਉਂਕਿ ਹੱਦ ਹੀ ਕੋਈ ਨਹੀਂ ਹੈ। ਇੱਕੋ ਸ਼ਬਦ ਵਰਤੇ ਨੇ ਪੁਹਾਲ, ਭਲੋ ਪੁਹਾਲ ਤੇਜੋ ਤਨਾ, ਬੜੀ ਅਹਿਮ ਗੱਲ ਹੈ। ਅਗਲਾ ਸ਼ਬਦ ਵਰਤੇ ਨੇ ਨਿਰਿਪਨਾਥ, ਨਿਰਿਪਤ ਨਾਥ, ਨਿਰਿਪਤ ਨਾਥ ਨਾਨਕ ਬਰਸ਼, ਬੜੀਆਂ ਅਹਿਮ ਗੱਲਾਂ। ਜਦੋਂ ਅਸੀਂ, ਮੈਂ ਜਿਹੜੀ ਗੱਲ ਪਹਿਲਾਂ ਕਹੀ ਸੀ ਅਤੇ ਜਿਹੜੀ ਗੱਲ ਵੀਰ ਜੀ ਨੇ ਸੇਵਕ ਸਿੰਘ ਹੁਣਾਂ ਨੇ ਵੀ ਜ਼ੋਰ ਦੇ ਕੇ ਕਹੀ ਹੈ, ਜਦੋਂ ਅਸੀਂ ਵਿਆਖਿਆ ਪ੍ਰਣਾਲੀ ਦੀ ਗੱਲ ਕਰਦੇ ਹਾਂ ਖਾਸ ਕਰਕੇ ਇਤਿਹਾਸਕਾਰੀ ਦੇ ਵਿੱਚ ਵੀ, ਤਾਂ ਅਸੀਂ ਬਹੁਤ ਵਾਰੀ ਕਹਿ ਦਿੰਦੇ ਜੀ ਆਹ ਸ਼ਬਦ ਤਾਂ ਪੁਹਾਲ ਸ਼ਬਦ ਤਾਂ ਸੰਸਕ੍ਰਿਤ 'ਚੋਂ ਲਿਆ ਹੋ ਸਕਦਾ। ਇੰਝ ਨਹੀਂ ਹੈ, ਬੋਲੀ ਦੇ ਉੱਪਰ ਜਿੰਨੀਆਂ ਖੋਜਾਂ ਹੋ ਰਹੀਆਂ ਨੇ ਉਹਨਾਂ ਨੂੰ ਸਮਝਣ ਦਾ ਅਤੇ ਸੂਖਮਤਾ ਦੇ ਨਾਲ ਵਿਚਾਰਨ ਦਾ ਯਤਨ ਕਰੋ। ਸੰਸਕ੍ਰਿਤ ਕੋਈ ਪੁਰਾਣੀ ਭਾਸ਼ਾ ਨਹੀਂ ਹੈ, ਸੰਸਕ੍ਰਿਤ ਦੇ ਵਿੱਚ 40% ਤੋਂ ਵੱਧ ਸ਼ਬਦ ਪ੍ਰੋਟੋ ਮੁੰਡਾ ਸਕ੍ਰਿਪਚਰ ਦੇ ਵਿੱਚੋਂ ਆਏ ਨੇ। ਸਾਡੀ ਪੰਜਾਬੀ ਬੋਲੀ ਪੁਰਾਣੀ ਹੈ, ਉਹਦੇ ਤੋਂ ਪੜ੍ਹ ਕੇ ਵੇਖੋ ਬੋਲੀ ਦੇ ਉੱਪਰ ਜਿੰਨੇ ਖੋਜ ਪੱਤਰ ਲਿਖੇ ਗਏ ਨੇ। ਪੁਹਾਲ ਸ਼ਬਦ ਜ਼ਮੀਨ ਦਾ ਮਾਲਕ, ਤੇਜ ਭਾਨ ਭੱਲੇ ਦਾ ਪੁੱਤਰ, ਇੱਕ ਬਹੁਤ ਜ਼ਿਆਦਾ ਆਰਥਿਕ ਪੱਧਰ ਦੇ ਉੱਪਰ ਅਮੀਰ ਹੈ। ਪੁਹਾਲ ਸ਼ਬਦ ਭਲਿਓ, ਤੇਜ ਭਾਨ ਭੱਲਾ, ਪੁਹਾਲ ਜ਼ਮੀਨ ਦਾ ਮਾਲਕ, ਆਰਥਿਕਤਾ ਦੀ ਕੋਈ ਕਮੀ ਨਹੀਂ। ਪਰ ਗੁਰੂ ਨਾਨਕ ਸਾਹਿਬ ਨੇ ਕੀ ਰਹਿਮਤ ਕੀਤੀ, ਨਿਰਪਤ ਨਾਥ, ਜ਼ਮੀਨ ਦਾ ਮਾਲਕ ਤਾਂ ਇੱਕ ਰਾਜਾ ਵੀ ਹੋ ਸਕਦਾ, ਰਾਜਿਆਂ ਦਾ ਰਾਜਾ ਬਣਾ ਦਿੱਤਾ ਗੁਰੂ ਅਮਰਦਾਸ ਪਾਤਸ਼ਾਹ। ਗੱਲਾਂ ਦੋ ਜੁੜ ਗਈਆਂ, ਤਾਰੀਖ ਵੀ ਜੁੜ ਗਈ, ਅਸੀਂ ਉਸ ਤਾਰੀਖ ਦਾ ਅਧਿਐਨ ਵੀ ਕਰਨਾ, ਉਹਦੇ ਨਾਲ ਰੂਹਾਨੀਅਤ ਵੀ ਜੁੜ ਗਈ। ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਸਾਡੀ ਇਤਿਹਾਸਕਾਰੀ ਅਤੇ ਗੁਰਬਾਣੀ ਦੀ ਵਿਆਖਿਆ ਪ੍ਰਣਾਲੀ ਦੀ ਇੱਕ ਆਪਣੀ ਪਰੰਪਰਾ ਹੈ, ਉਹ ਨਾ ਅਸੀਂ ਪੱਛਮ ਦੇ ਵਿੱਚੋਂ ਉਧਾਰੀ ਲੈਣੀ ਹੈ, ਨਾ ਅਸੀਂ ਪੁਰਾਣਿਕ ਮਤਾਂ 'ਚ ਉਧਾਰੀ ਲੈਣੀ ਹੈ, ਸਾਡੀ ਇੱਕ ਆਪਣੀ ਵਿਆਖਿਆ ਪ੍ਰਣਾਲੀ ਹੈ।
ਇਸੇ ਤਰ੍ਹਾਂ ਸਾਡੀ ਇੱਕ ਆਪਣੀ ਇਤਿਹਾਸਕਾਰੀ ਹੈ, ਗੱਲ ਸੇਵਾ ਦੀ ਹੋ ਰਹੀ ਸੀ। ਮੇਰਾ ਦਿਲ ਕਰਦਾ ਹੈ ਕਿ ਜਿੰਨਾ ਕੁ ਸੀਮਤ ਸਮਾਂ ਹੈ ਮੈਂ ਜਨਮ ਤੋਂ ਲੈ ਕੇ ਜੋਤੀ ਜੋਤ ਤੱਕ, ਕਿਉਂਕਿ ਜੋਤੀ ਜੋਤ ਅਸੀਂ ਉਹਨਾਂ ਦੇ 450 ਸਾਲਾ ਦਿਹਾੜੇ ਨੂੰ ਸਮਰਪਿਤ ਜਿਹੜਾ ਉਹ ਮਨਾ ਰਹੇ ਹਾਂ ਇਸ ਸ਼ਤਾਬਦੀ। ਜੋਤੀ ਜੋਤ, ਜੋਤ ਤਾਂ ਅਕਾਲ ਹੈ, ਪਰਮਾਤਮਾ ਜੋਤੀ ਉਸ ਪਰਮ ਆਤਮ ਦਾ ਪਰਮ ਆਤਮ ਦੇ ਵਿੱਚ ਸਮਾ ਜਾਣਾ, ਅਤੇ ਜਦੋਂ ਉਹ ਸਮਾ ਗਿਆ ਫਿਰ ਗੁਰੂ ਗਿਆ ਹੀ ਨਹੀਂ ਕਿਤੇ, ਫਿਰ ਤਾਂ ਹਰ ਜਗ੍ਹਾ 'ਤੇ ਮੌਜੂਦ ਹੈ ਗੁਰੂ। ਜੋਤੀ ਜੋਤ, ਸਰੀਰ ਦੀ ਵਿੱਚੋਂ ਜੋਤ ਉਸ ਪਰਮ ਤੱਤ ਦੇ ਵਿੱਚ ਸਮਾ ਗਈ, ਅਤੇ ਉਹ ਪਰਮ ਤੱਤ ਹਰ ਥਾਂ 'ਤੇ, ਗੁਰੂ ਹਰ ਜਗ੍ਹਾ ਹੈ। ਪਰ ਹੁੰਦਾ ਕੀ ਸੀ, ਗੁਰੂ ਪਾਤਸ਼ਾਹ ਨੇ ਕਿਸ ਤਰ੍ਹਾਂ ਦੇ ਨਾਲ ਸਾਡੀ ਮਾਨਸਿਕਤਾ ਵਿੱਚ ਬਣੇ ਹੋਏ ਦਾਇਰਿਆਂ ਨੂੰ ਕਿਸ ਤਰ੍ਹਾਂ ਤੋੜਿਆ, ਬੜੀ ਅਹਿਮ ਗੱਲ ਹੈ। ਸੂਤਕ ਔਰ ਪਾਤਕ ਦੋ ਸ਼ਬਦ ਜਾਣਦੇ ਹੋ ਤੁਸੀਂ? ਸੂਤਕ ਪ੍ਰਸੂਤ ਤੋਂ, ਘਰ ਦੇ ਵਿੱਚ ਜਨਮ ਹੋ ਜਾਵੇ, ਘਰ ਪ੍ਰਿਸ਼ਟ ਹੈ, ਔਰ ਉਸ ਪ੍ਰਿਸ਼ਟ ਹੋਣ ਦੀ ਵੀ ਇੱਕ ਵੱਖਰੀ ਵੱਖਰੀ ਵਿਆਖਿਆ ਹੈ। ਸ਼ੂਦਰ ਦੇ ਘਰ ਪੁੱਤਰ ਜਨਮ ਲਵੇ, ਪ੍ਰਿਸ਼ਟ ਹੋਣ ਦੀ ਗਿਣਤੀ ਦਿਨਾਂ ਦੀ ਵੱਧ ਹੈ, ਫਿਰ ਵੈਸ਼ ਦੇ ਘਰ ਇੰਨੀ ਹੈ, ਖੱਤਰੀ ਦੇ ਘਰ ਇੰਨੀ ਹੈ, ਬ੍ਰਾਹਮਣ ਦੇ ਘਰ ਇੰਨੀ ਹੈ। ਪਾਤਕ ਸਰੀਰ ਤੋਂ ਕਰਕੇ ਕੋਈ ਚਲਾ ਜਾਵੇ ਫਿਰ ਵੀ ਗਿਣਤੀ ਇਸੇ ਤਰ੍ਹਾਂ। ਕਿਸੇ ਨੇ ਆਪਣੇ ਘਰ ਦੇ ਵਿੱਚ ਕੁਝ ਪਰਉਪਕਾਰੀ ਸੱਜਣਾਂ ਨੂੰ, ਜਿਹੜੇ ਉਸ ਸਮੇਂ ਆਪਣੇ ਆਪ ਨੂੰ ਧਰਮ ਦੇ ਪੁਜਾਰੀ ਸਮਝਦੇ ਸੀ, ਉਹਨਾਂ ਨੂੰ ਆਪਣੇ ਘਰ ਬੁਲਾਇਆ। ਗੁਰੂ ਅਮਰਦਾਸ ਪਾਤਸ਼ਾਹ ਦੇ ਸਮੇਂ ਦੀ ਘਟਨਾ। ਘਰ ਬੁਲਾਇਆ ਕਾਹਦੇ ਵਾਸਤੇ? ਉਹਦਾ ਕੋਈ ਕਾਰਜ ਸਿੱਧ ਹੋਇਆ ਅਤੇ ਉਹਨੇ ਸੋਚਿਆ ਮੈਂ ਕੁਛ ਧਰਮੀ ਪੁਰਸ਼ਾਂ ਨੂੰ ਲੰਗਰ ਛਕਾ ਦੇਵਾਂ। ਉਹ ਲੰਗਰ ਛਕ ਰਹੇ ਨੇ, ਘਰ ਦੀ ਨੌਂਹ ਗਰਭਵਤੀ ਹੈ, ਥਾਲੀਆਂ ਦੇ ਵਿੱਚ ਪ੍ਰਸ਼ਾਦਾ ਪਿਆ, ਉੱਧਰੋਂ ਬੱਚੇ ਦੇ ਰੋਣ ਦੀ ਆਵਾਜ਼ ਆ ਗਈ। ਉਸੇ ਵੇਲੇ ਉੱਠ ਕੇ ਉਹ ਧਰਮ ਦੇ ਪੁਜਾਰੀ, ਜਨਮ ਹੋ ਗਿਆ ਬੱਚੇ ਦਾ, ਘਰ ਪ੍ਰਸੂਤਿਆ ਗਿਆ, ਪ੍ਰਿਸ਼ਟ ਹੋ ਗਿਆ, ਉੱਠ ਕੇ ਚਲੇ ਗਏ। ਗੁਰੂ ਪਾਤਸ਼ਾਹ ਨੂੰ ਪਤਾ ਲੱਗਾ, ਇਹ ਘਟਨਾ ਹੀ ਉੱਥੋਂ ਦੀ ਹੈ, ਨੇੜੇ ਦੀ। ਗੁਰੂ ਪਾਤਸ਼ਾਹ ਨੂੰ ਪਤਾ ਲੱਗਾ ਅਤੇ ਪਾਤਸ਼ਾਹ ਆਪਣੇ ਸਿੱਖਾਂ ਨੂੰ ਭੇਜਦੇ ਨੇ ਕਿ ਜਾਓ ਜਾ ਕੇ ਜਿਹੜਾ ਲੰਗਰ ਤਿਆਰ ਹੋਇਆ ਉਸਨੂੰ ਛੱਕ ਕੇ ਆਓ, ਕਿ ਸਿੱਖ ਦੇ ਵਾਸਤੇ ਸੂਤਕ ਅਤੇ ਪਾਤਕ ਕੁਝ ਵੀ ਨਹੀਂ। ਗੁਰੂ ਪਾਤਸ਼ਾਹ ਨੇ ਇਸ ਤਰ੍ਹਾਂ ਸਾਡੀ ਮਾਨਸਿਕਤਾ ਦੇ ਵਿੱਚ ਜਿਹੜੇ ਵਹਿਮਾਂ ਦੇ ਭਰਮਾਂ ਦੇ ਇੱਕ ਭੈ ਦੇ ਬੁੱਤ ਬਣੇ ਹੋਏ ਸੀ, ਉਹਨਾਂ ਨੂੰ ਤੋੜ ਦਿੱਤਾ। ਤੋੜਿਆ ਕਿਵੇਂ? ਸਾਨੂੰ ਨਿਰਭੈ ਦੇ ਨਾਲ ਜੋੜ ਕੇ ਨਿਰਭੈ ਬਣਾ ਦਿੱਤਾ। ਜਿੰਨਾ ਚਿਰ ਤੁਸੀਂ ਨਿਰਭੈ ਨਹੀਂ ਹੁੰਦੇ, ਤੁਸੀਂ ਵਹਿਮ ਤੋਂ ਮੁਕਤ ਨਹੀਂ ਹੋ ਸਕਦੇ, ਕਦੀ ਵੀ ਨਹੀਂ ਹੋ ਸਕਦੇ। ਔਰ ਗੁਰੂ ਪਾਤਸ਼ਾਹ ਨੇ ਸਾਨੂੰ ਇਸ ਮੁਕਤੀ ਦਾ ਰਾਹ ਦੱਸਿਆ। ਸੇਵਾ ਦੀ ਗੱਲ ਚੱਲੀ ਸੀ, ਕਿਵੇਂ ਹੋਵੇ ਨਿਸ਼ਕਾਮਤਾ ਦੇ ਨਾਲ, ਔਰ ਕਿਸ ਤਰ੍ਹਾਂ ਹੋਵੇ? ਗੁਰੂ ਪਾਤਸ਼ਾਹ ਨੂੰ ਪੁੱਛੀਏ, ਜੇਕਰ ਤੁਸੀਂ ਉਸ ਸਮੇਂ ਸਿੱਖ ਧਰਮ ਦੀ ਵੱਧ ਰਹੀ ਵਿਚਾਰਧਾਰਾ ਦਾ ਅਧਿਐਨ ਕਰਦੇ ਹੋ ਨਾ, ਉਹਦੇ ਬਿਲਕੁਲ ਸਮਕਾਲੀ ਪੈਰਲਲ ਇੱਕ ਵਿਚਾਰਾ ਹੋਰ ਵਿਚਾਰਧਾਰਾ ਪੰਜਾਬ 'ਚ ਫੈਲ ਰਹੀ ਹੈ, ਸੂਫੀ ਮਤ ਆਪਣੇ ਸਿਖਰ 'ਤੇ ਹੈ। ਉਸ ਸਮੇਂ ਦੇ ਜਿਹੜੇ ਸੂਫੀ ਫਕੀਰ ਨੇ ਬੜੇ ਕਾਮਲ ਨੇ, ਉਹਨਾਂ ਨੂੰ ਪ੍ਰਮਾਣਿਤ ਮੰਨਿਆ ਜਾਂਦਾ ਹੈ ਕਿ ਸੱਚਮੁੱਚ ਉਹ ਸ਼ਰ੍ਹਾ ਅਤੇ ਰੂਹਾਨੀਅਤ ਨੂੰ ਨਾਲ ਲੈ ਕੇ ਚੱਲ ਰਹੇ ਨੇ, ਜਿਨ੍ਹਾਂ ਦੇ ਵਿੱਚ ਮੁਹੰਮਦ ਸ਼ਾਹ ਮੁਕੀਮ ਹੁਜ਼ਰੇ ਵਾਲੇ, ਉਹਨਾਂ ਨੂੰ ਤੁਸੀਂ ਪੰਜਾਬੀ ਦੀਆਂ ਲੋਕ ਕਥਾਵਾਂ 'ਚ ਸੁਣਿਆ ਹੈ। ਮਿਰਜ਼ੇ 'ਚ ਹੁਜ਼ਰੇ ਸ਼ਾਹ ਮੁਕੀਮ ਦੇ ਇੱਕ ਜੱਟੀ ਅਰਜ਼ ਕਰੇ, ਹੁਜ਼ਰਾ ਪਾਕਿਸਤਾਨ ਦੇ ਵਿੱਚ ਜਗ੍ਹਾ ਹੈ, ਉੱਥੋਂ ਰਹਿਣ ਵਾਲੇ ਸੀ ਮੁਹੰਮਦ ਸ਼ਾਹ ਮੁਕੀਮ ਹੁਜ਼ਰੇ ਵਾਲੇ। ਸ਼ਲਾ ਬਲਾਵਲ, ਖਵਾਜ਼ਾ ਬਿਹਾਰੀ, ਇਹਨਾਂ ਤੋਂ ਇਲਾਵਾ ਖਵਾਜ਼ਾ ਕਾਮਲ। ਖਵਾਜ਼ਾ ਕਾਮਲ ਦੇ ਬਾਰੇ ਤਾਂ ਸਾਈਂ ਮੀਆਂ ਮੀਰ ਜੀ ਕਹਿੰਦੇ ਸੀ ਕਿ ਇਹ ਤਾਂ ਗਿਆਨ ਦਾ ਦਰਿਆ ਹੈ। ਇਹਦਾ ਮਤਲਬ ਕਿ ਇੰਨੇ ਜਿਹੜੇ ਕਾਮਲ ਫਕੀਰ ਨੇ, ਉਸ ਸਮੇਂ ਦੀ ਇੰਟਲੈਕਚੁਅਲ ਕਲਾਸ ਹੈ, ਉਹਦੇ 'ਚ ਚਰਚਾ ਕੀ ਚੱਲ ਰਹੀ ਹੈ?
ਕਦੀ ਅਸੀਂ ਬੈਠ ਕੇ ਸੋਚਣ ਦਾ ਯਤਨ ਕੀਤਾ? ਕਦੀ ਅਸੀਂ ਇਕੱਠੇ ਹੋ ਕੇ ਧਰਮ ਦੇ ਕਿਸੇ ਨੁਕਤੇ ਨੂੰ ਵਿਚਾਰਨ ਦਾ ਯਤਨ ਕੀਤਾ? ਨਹੀਂ ਕੀਤਾ। ਪਰ ਉੱਥੇ ਚਰਚਾ ਕੀ ਚੱਲ ਰਹੀ ਹੈ ਕਿ ਬੜੀ ਵਡੇਰੀ ਉਮਰ ਦੇ ਵਿੱਚ ਗੁਰੂ ਨਾਨਕ ਦੀ ਗੱਦੀ ਦੇ ਦੂਸਰੇ ਵਾਰਸ ਨੇ ਤੀਸਰਿਆਂ ਨੂੰ ਆਪਣਾ ਜਾਨਸ਼ੀਨ ਨਿਯੁਕਤ ਕਰ ਲਿਆ। ਕਿਵੇਂ ਇੰਨੀ ਵਡੇਰੀ ਉਮਰ ਦੇ ਵਿੱਚ ਜਾ ਕੇ ਇਸ ਗੁਰਤਾ ਨੂੰ ਪ੍ਰਾਪਤ ਕਿਵੇਂ ਕੀਤਾ, ਇਹ ਚਰਚਾ ਚੱਲ ਰਹੀ ਹੈ। ਫਿਰ ਇਸ ਚਰਚਾ ਦਾ ਇੱਕ ਸਿੱਟਾ ਨਿਕਲਦਾ ਹੈ, ਕਹਿੰਦੇ ਕਿ ਇਸ ਦਾ ਜਵਾਬ ਇਸ ਤਰ੍ਹਾਂ ਨਹੀਂ ਨਿਕਲੇਗਾ, ਕਿਉਂਕਿ ਜਿਸ ਦੇ ਬਾਰੇ ਚਰਚਾ ਕੀਤੀ ਜਾ ਰਹੀ ਹੈ ਉਹ ਚਰਚਾ ਤੋਂ ਬਾਹਰ ਹੈ। ਕਿਉਂ ਨਾ ਇਸ ਗੱਲ ਦਾ ਜਵਾਬ ਵੀ ਉਸ ਕੋਲੋਂ ਜਾ ਕੇ ਲਿਆ ਜਾਵੇ। ਇਤਿਹਾਸ ਨੂੰ ਪੜ੍ਹ ਕੇ ਵੇਖੋ, ਇਹ ਚਾਰ ਉਸ ਸਮੇਂ ਦੇ ਮਹਾਨ ਦਾਨਸ਼ਵਰ ਇਕੱਤਰ ਹੁੰਦੇ ਨੇ, ਇਕੱਠੇ ਹੋ ਕੇ ਗੋਇੰਦਵਾਲ ਸਾਹਿਬ ਆਉਂਦੇ ਨੇ, ਜਿਨ੍ਹਾਂ ਦੇ ਵਿੱਚ ਮੁਹੰਮਦ ਸ਼ਾਹ ਮੁਹਕੀਮ ਹੁਜ਼ਰੇ ਵਾਲੇ, ਸ਼ਾਹ ਬਲਾਵਲ, ਖਵਾਜ਼ਾ ਬਿਹਾਰੀ ਅਤੇ ਕਾਮਲ ਸਾਹਿਬ, ਇਹ ਗੋਇੰਦਵਾਲ ਸਾਹਿਬ ਆਉਂਦੇ ਨੇ। ਆ ਕੇ ਵੇਖਦੇ ਕੀ ਨੇ, ਇੱਕ ਦਿਨ ਪਹਿਲਾਂ ਵਾਚਦੇ ਨੇ, ਵੇਖਦੇ ਨੇ ਕਿ ਪਰੰਪਰਾ ਕੀ ਹੈ। ਜਿਹੜੀ ਗੱਲ ਵੀਰ ਜੀ ਨੇ ਦੱਸੀ, ਲੰਗਰ ਤਿਆਰ ਹੁੰਦਾ, ਜਿੰਨਾ ਬਚ ਜਾਂਦਾ ਸ਼ਾਮ ਨੂੰ ਰੋੜ ਦਿੱਤਾ ਜਾਂਦਾ। ਹੁਣ ਵੇਖਦੇ ਨੇ ਕਿ ਲੰਗਰ ਦੇ ਜਦੋਂ ਬਰਤਨ ਰੋੜਿਆ ਜਾਂਦਾ ਉਹਨਾਂ ਨੂੰ ਸਾਫ਼ ਕੌਣ ਕਰ ਰਿਹਾ? ਗੁਰੂ ਅਮਰਦਾਸ ਪਾਤਸ਼ਾਹ ਸੰਗਤ ਦੇ ਨਾਲ ਬਰਤਨਾਂ ਦੀ ਸੇਵਾ ਕਰ ਰਹੇ ਨੇ। ਹੁਣ ਰਿਹਾ ਨਹੀਂ ਗਿਆ, ਆ ਕੇ ਸਵਾਲ ਕੀਤਾ, ਸਵਾਲ ਬੜੀ ਰੂਹਾਨੀਅਤ ਦੀ ਰਮਜ਼ ਦੇ ਵਿੱਚ, ਇੱਕ ਵੱਖਰੀ ਰਮਜ਼ ਦੇ ਵਿੱਚ ਸਵਾਲ ਪਤਾ ਕੀ ਕੀਤਾ? ਕਹਿੰਦੇ ਜਦੋਂ ਕੁੜੀ ਦਾ ਵਿਆਹ ਹੋ ਜਾਵੇ ਨਾ, ਫਿਰ ਗੁੱਡੀ ਗੁੱਡਿਆਂ ਨਾਲ ਖੇਡਦੀ ਚੰਗੀ ਨਹੀਂ ਲੱਗਦੀ। ਇੱਕ ਉਮਰ ਹੁੰਦੀ ਹੈ ਨਾ ਬੱਚੇ ਦੀ ਕਿ ਇੱਕ ਖਾਸ ਉਮਰ ਤੱਕ ਉਹ ਡੋਲਸ, ਅਸੀਂ ਬਾਰਬੀ ਡੋਲ ਦੂਜੀਆਂ ਤੀਜੀਆਂ ਦਿਹਾ ਕੇ ਦਿੰਦੇ ਹਾਂ, ਉਹ ਖੇਡਦਾ, ਉਹਦਾ ਮਨ ਪਰਚਾਇਆ, ਵਿਆਹ ਤੋਂ ਬਾਅਦ ਇਹ ਲੋੜਾਂ ਨਹੀਂ ਰਹਿ ਜਾਂਦੀਆਂ। ਉਹ ਕਹਿੰਦਾ ਜਦੋਂ ਵਿਆਹ ਹੋ ਜਾਵੇ ਫਿਰ ਗੁੱਡੀ ਗੁੱਡੇ ਦੇ ਨਾਲ ਖੇਡਣ ਦੀ ਕੀ ਲੋੜ, ਅਤੇ ਜਦੋਂ ਤੁਸੀਂ ਦੁੱਧ ਦੇ ਵਿੱਚੋਂ ਮੱਖਣ ਕੱਢ ਹੀ ਲਿਆ ਤਾਂ ਫਿਰ ਹੁਣ ਲੱਸੀ ਕਿਉਂ ਰਿੜਕ ਰਹੇ ਹੋ? ਸਵਾਲ ਬੜਾ ਰਮਜ ਵਾਲਾ ਹੈ ਕਿ ਗੁਰਤਾ ਗੱਦੀ ਦੇ ਅਧਿਕਾਰੀ ਬਣ ਗਏ ਹੋ ਅਤੇ ਸੇਵਾ ਦੇ ਨਾਲ ਅਧਿਕਾਰੀ ਬਣੇ ਹੋ, ਅਤੇ ਹੁਣ ਕਰਨ ਦੀ ਕੀ ਲੋੜ ਹੈ? ਇਹਦੇ ਤੋਂ ਵੱਡੀ ਪ੍ਰਾਪਤੀ ਤਾਂ ਕੋਈ ਨਹੀਂ, ਹੁਣ ਕਿਉਂ? ਪਾਤਸ਼ਾਹ ਬੜੇ ਸਹਿਜ ਦੇ ਵਿੱਚ ਜਵਾਬ ਦਿੰਦੇ ਨੇ, ਕਹਿੰਦੇ ਮੁਹੰਮਦ ਸ਼ਾਹ ਮੁਹਕੀਮ ਕੋਈ ਗਰੀਬ ਰੇਤ ਛਾਣ ਰਿਹਾ ਸੀ, ਰੋਜ਼ ਰੇਤ ਛਾਣਦਾ ਸੀ, ਅਤੇ ਇੱਕ ਦਿਨ ਕਿਸੇ ਅਮੀਰ ਨੂੰ ਤਰਸ ਆਇਆ ਅਤੇ ਉਹਨੇ ਰੇਤ ਦੇ ਵਿੱਚ ਇੱਕ ਹੀਰਾ ਛੋਟਾ ਜਿਹਾ ਸੁੱਟ ਦਿੱਤਾ। ਹੀਰਾ ਮਿਲ ਗਿਆ, ਦਰਿਦਰਤਾ, ਗਰੀਬੀ, ਦੀਨਤਾ ਜਾਂਦੀ ਰਹੀ ਕਿਉਂਕਿ ਪੈਸਾ ਆ ਗਿਆ, ਪਰ ਉਹਦਾ ਇਹ ਫਰਜ਼ ਨਹੀਂ ਹੈ ਕਿ ਹੁਣ ਰੇਤ ਛਾਣਨੀ ਛੱਡ ਦੇਵੇ, ਕਿਉਂਕਿ ਪ੍ਰਾਪਤੀ ਉਹਦੇ 'ਚ ਹੋਈ ਸੀ। ਕਹਿੰਦਾ ਤਾਂ ਫਰਜ਼ ਕੀ ਹੈ, ਹੋਰ ਰੇਤ ਲੈ ਕੇ ਆਵੇ, ਹੋਰ ਲੋਕਾਂ ਨੂੰ ਛਾਣਨੀ ਪਵੇ ਅਤੇ ਹੋਰਾਂ ਨੂੰ ਹੀਰੇ ਲੱਭਣ। ਅਗਲੀ ਗੱਲ, ਤੁਸੀਂ ਕਿਹਾ ਹੈ ਕਿ ਦੁੱਧ ਦੇ ਵਿੱਚੋਂ ਮੱਖਣ ਨਿਕਲ ਆਇਆ, ਹੁਣ ਲੱਸੀ ਛਾਣਨ ਦਾ ਕੀ ਫਾਇਦਾ, ਰਿੜਕਣ ਦਾ ਕੀ ਫਾਇਦਾ? ਪਾਤਸ਼ਾਹ ਕਹਿੰਦੇ ਨਹੀਂ, ਜੇ ਮੱਖਣ ਨਿਕਲ ਆਇਆ ਤਾਂ ਹੋਰ ਦੁੱਧ ਦਾ ਪ੍ਰਬੰਧ ਕਰੋ, ਹੋਰ ਲੋਕ ਉਸ ਬਿਲੋਵਲੇ ਨੂੰ ਬਿਲੋਵਣ ਵਾਲੇ ਹੋਣ ਅਤੇ ਉਹਨਾਂ ਦੇ ਵਿੱਚੋਂ ਹੋਰ ਲੋਕਾਂ ਨੂੰ ਤੱਤ ਮਿਲ ਸਕੇ। ਕਹਿਣ ਦਾ ਭਾਵ, ਗੁਰੂ ਪਾਤਸ਼ਾਹ ਕਹਿੰਦੇ ਨੇ ਸੇਵਾ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਦੀ ਗੁਰਤਾ ਦੀ ਗੱਦੀ ਜਿਹੜੀ ਹੈ ਉਹ ਰਹਿਮ ਕਰਕੇ ਗੁਰੂ ਨੇ ਝੋਲੀ 'ਚ ਪਾਈ ਹੈ, ਪਰ ਜਿਸ ਸਦਕਾ ਪਾਈ ਹੈ ਇਹ ਹੁਣ ਛੱਡੀ ਨਹੀਂ ਜਾ ਸਕਦੀ, ਇਸ ਤੋਂ ਹੁਣ ਦੂਰ ਨਹੀਂ ਜਾਇਆ ਜਾ ਸਕਦਾ। ਇਹ ਗੁਰੂ ਪਾਤਸ਼ਾਹ ਨੂੰ ਉਹਨਾਂ ਨੇ ਸਵਾਲ ਕੀਤੇ ਨੇ ਅਤੇ ਗੁਰਦੇਵ ਪਾਤਸ਼ਾਹ ਨੇ ਇਹ ਉਹਨਾਂ ਨੂੰ ਜਵਾਬ ਦਿੱਤੇ ਨੇ। ਦੂਸਰੀ ਗੱਲ, ਗੁਰੂ ਪਾਤਸ਼ਾਹ ਨੇ ਅਕੈਡਮਿਕ ਲੈਵਲ ਦੇ ਉੱਪਰ, ਜਿਸ ਨੂੰ ਅਸੀਂ ਉਸ ਸਮੇਂ ਦੀ ਧਰਮਸ਼ਾਲ ਦੀ ਵਿੱਦਿਆ ਕਹਿੰਦੇ, ਜਿਹੜੀ ਸਾਡੀ ਸੀ, ਜਿਹੜਾ ਮਾਡਲ ਸਾਨੂੰ ਅੱਜ ਦਿੱਤਾ ਜਾ ਰਿਹਾ ਉਹ ਸਾਡਾ ਨਹੀਂ ਸੀ, ਜਿਹੜਾ ਸਾਡਾ ਮਾਡਲ ਸੀ
ਉਸ ਮਾਡਲ ਦੇ ਵਿੱਚ ਗੁਰੂ ਪਾਤਸ਼ਾਹ ਨੇ ਜਿਹੜੀ ਵਿੱਦਿਆ ਦਿੱਤੀ ਅਤੇ ਉਸ ਵਿੱਦਿਆ ਦਾ ਅਸਰ ਤੁਸੀਂ ਤਾਰੀਖ 'ਚ ਵੇਖਦੇ ਹੋ ਕਿਵੇਂ ਦਾ। ਅਕਬਰ ਦੇ ਕੋਲ ਇੱਕ ਮਹਿਜ਼ਰਨਾਮਾ ਪਹੁੰਚਦਾ ਹੈ। ਮਹਿਜ਼ਰਨਾਮਾ ਦਾ ਭਾਵ ਹੈ ਮੈਮੋਰੈਂਡਮ। ਬਹੁਤ ਸਾਰੇ ਲੋਕ ਇਕੱਠੇ ਹੁੰਦੇ ਨੇ, ਦਸਤਖਤ ਕਰਦੇ ਨੇ ਅਤੇ ਇੱਕ ਵਿਅਕਤੀ ਵਿਸ਼ੇਸ਼ ਦੇ ਖਿਲਾਫ ਸ਼ਿਕਾਇਤ ਕੀਤੀ ਜਾਂਦੀ ਹੈ ਅਤੇ ਇਹ ਟਰਕਿਸ਼ ਤੋਂ ਫਾਰਸੀ 'ਚ ਆਇਆ ਸ਼ਬਦ ਹੈ ਮਹਿਜ਼ਰਨਾਮਾ। ਨਾਮਾ ਕਿਸੇ ਵੀ ਚੀਜ਼ ਨੂੰ ਜਦੋਂ ਲਿਖਤ 'ਚ ਲਿਆਈਏ ਉਹਦਾ ਭਾਵ ਨਾਮਾ ਹੋ ਜਾਂਦਾ ਹੈ। ਗੁਰੂ ਦਾ ਹੁਕਮ ਹੁੰਦਾ ਹੈ, ਲਿਖਿਆ ਜਾਵੇ ਤਾਂ ਹੁਕਮਨਾਮਾ। ਇਸੇ ਤਰ੍ਹਾਂ ਦੇ ਨਾਲ ਜ਼ਮੀਨ ਬੈ ਕਰਦੇ ਹਾਂ, ਲਿਖੀ ਜਾਵੇ ਤਾਂ ਬੈਨਾਮਾ। ਜਿਸ ਚੀਜ਼ ਦੇ ਪਿੱਛੇ ਨਾਮਾ ਆ ਜਾਵੇ ਇਹਦਾ ਮਤਲਬ ਕਿ ਉਹ ਆਦੇਸ਼ ਸੰਦੇਸ਼ ਜਾਂ ਹੁਕਮ ਲਿਖਤ ਦੇ ਵਿੱਚ ਹੈ। ਹੁਣ ਮਹਿਜ਼ਰਨਾਮਾ ਦਿੱਤਾ ਗਿਆ ਲਿਖਤੀ ਤੌਰ 'ਤੇ, ਸ਼ਿਕਾਇਤ। ਹੁਣ ਉਸ ਸ਼ਿਕਾਇਤ ਦਾ ਜਵਾਬ ਦੇਣ ਦੇ ਵਾਸਤੇ ਗੁਰੂਦੇਵ ਪਾਤਸ਼ਾਹ ਅਕਬਰ ਦੇ ਦਰਬਾਰ ਦੇ ਵਿੱਚ ਭੇਜਦੇ ਨੇ ਜੇਠਾ ਜੀ ਨੂੰ, ਜਿਹੜੇ ਗੁਰੂ ਰਾਮਦਾਸ ਜੀ ਬਣਦੇ ਨੇ। ਹੁਣ ਜਿਹੜੀ ਵਿੱਦਿਆ ਉਸ ਸਮੇਂ ਗ੍ਰਹਿਣ ਕਰਵਾਈ ਜਾਂਦੀ ਹੈ ਰੂਹਾਨੀਅਤ ਦੇ ਦਾਇਰੇ ਦੇ ਵਿੱਚ, ਉਸ ਵਿੱਦਿਆ ਦਾ ਅਸਰ ਵੇਖਣ ਦਾ ਯਤਨ ਕਰੋ। ਮੈਂ ਥੋੜ੍ਹੀ ਜਿਹੀ ਪੁਰਾਣੀ ਪਰੰਪਰਾ 'ਚ ਚੱਲਾਂ। ਬਾਬਾ ਰਾਮ ਨਾਰਾਇਣ ਹੋਏ ਨੇ, ਜਿਨ੍ਹਾਂ ਦੇ ਘਰ ਦੇ ਵਿੱਚ ਬਾਬਾ ਬਿਸ਼ਨ ਦਾਸ ਪੈਦਾ ਹੋਇਆ, ਬਿਸ਼ਨ ਦਾਸ ਦੇ ਘਰ ਦੇ ਵਿੱਚ ਹਰਜੀ ਪੈਦਾ ਹੋਏ, ਹਰਜੀ ਦੇ ਘਰ ਤੇਜਭਾਨ ਜੀ ਪੈਦਾ ਹੋਏ, ਤੇਜਭਾਨ ਜੀ ਦੇ ਅੱਗੋਂ ਜਿਹੜੇ ਸਪੁੱਤਰ ਨੇ ਗੁਰੂ ਅਮਰਦਾਸ ਪਾਤਸ਼ਾਹ ਸਭ ਤੋਂ ਵੱਡੇ, ਜਿਨ੍ਹਾਂ ਦੇ ਘਰ ਬੀਬੀ ਦਾਨੀ ਜੀ, ਬੀਬੀ ਭਾਨੀ ਜੀ, ਬਾਬਾ ਮੋਹਰੀ ਜੀ ਅਤੇ ਬਾਬਾ ਮੋਹਨ ਜੀ ਜਨਮ ਲੈਂਦੇ ਨੇ। ਉਸ ਤੋਂ ਬਾਅਦ ਈਸ਼ਰ ਦੇਵ, ਜਿਨ੍ਹਾਂ ਦੇ ਘਰ ਭਾਈ ਗੁਰਦਾਸ ਜੀ ਜਨਮ ਲੈਂਦੇ ਨੇ, ਇਹਨਾਂ ਦੇ ਸਕੇ ਭਰਾ ਦੇ ਪੁੱਤਰ ਭਤੀਜੇ ਨੇ ਭਾਈ ਗੁਰਦਾਸ ਜੀ। ਉਸ ਤੋਂ ਅੱਗੇ ਅਸੀਂ ਚੱਲਦੇ ਹਾਂ ਅਤੇ ਬਾਬਾ ਖੇਮ ਚੰਦ ਜੀ, ਜਿਨ੍ਹਾਂ ਦੇ ਵਿੱਚ ਸਾਵਣ ਮਾਲ ਜੀ ਜਨਮ ਲੈਂਦੇ ਨੇ, ਉਹਨਾਂ ਦੇ ਨਾਲ ਜੁੜੀ ਪਰੰਪਰਾ ਇੱਕ ਵੱਖਰੀ ਤੁਹਾਡੇ ਨਾਲ ਸਾਂਝੀ ਕਰਦਾ। ਅਤੇ ਉਸ ਤੋਂ ਬਾਅਦ ਮਾਣਕ ਚੰਦ ਜੀ, ਜਿਨ੍ਹਾਂ ਦੇ ਘਰ ਬਾਬਾ ਜੱਸੂ ਜੀ ਜਨਮ ਲੈਂਦੇ ਨੇ, ਅਤੇ ਬੀਬੀ ਅਮਰੋ ਦਾ ਵਿਆਹ ਬਾਬਾ ਜੱਸੂ ਜੀ ਦੇ ਨਾਲ ਹੁੰਦਾ ਹੈ, ਜਿਹੜੇ ਗੁਰੂ ਅੰਗਦ ਸਾਹਿਬ ਦੀ ਸਪੁੱਤਰੀ ਹੈ। ਸੋ ਇਸ ਢਾਂਚੇ ਦੇ ਵਿੱਚ ਵਿੱਦਿਆ ਭਾਈ ਗੁਰਦਾਸ, ਅਸੀਂ ਕਹਿੰਦੇ ਹਾਂ ਕਿ ਉਹਨਾਂ ਦੀ ਬਾਣੀ ਗੁਰਬਾਣੀ ਦੀ ਕੁੰਜੀ, ਉਹਨਾਂ ਦੀਆਂ ਵਾਰਾਂ, ਉਹਨਾਂ ਦੇ ਕਵਿਤ, ਵੀਰ ਜੀ ਨੇ ਇੱਕ ਸਾਂਝਾ ਕੀਤਾ ਸੀ, ਉਹਨਾਂ ਕਵਿਤਾਂ ਦੇ ਵਿੱਚ, ਉਹਨਾਂ ਵਾਰਾਂ ਦੇ ਵਿੱਚ ਜਿਹੜੀ ਰੂਹਾਨੀਅਤ ਦੀ ਰਵਾਨਗੀ ਹੈ, ਸ਼ਬਦਾਂ ਦੀ ਤਾਂ ਹੈ ਹੀ ਹੈ, ਸ਼ਬਦ ਤਾਂ ਬਹੁਤ ਵੱਡੀ ਗੱਲ ਹੈ। ਵੀਰ ਜੀ ਨੇ ਜਿਹੜੀ ਗੱਲ ਕੀਤੀ ਸੀ, ਅੱਖਰ, ਅੱਖਰ ਤੋਂ ਬਿਨਾਂ ਤਾਂ ਕੁਛ ਵੀ ਨਹੀਂ, ਤੁਹਾਡੇ ਕੋਲ ਹੈ ਕੀ ਜ਼ਿੰਦਗੀ 'ਚ? ਰੋਟੀ ਖਾਣ ਦੇ ਵਾਸਤੇ ਤੁਹਾਡੇ ਕੋਲ ਕੀ ਹੈ? ਅੱਖਰੀ ਗਿਆਨ ਗੀਤ ਗੁਣ ਗਾਹ, ਇਹ ਤੋਂ ਵੱਧ ਦੁਨੀਆ ਦਾ ਕੋਈ ਵੀ ਕਹਿ ਸਕਦੇ ਹੋ ਖਿੱਤਾ ਜਾਂ ਸ਼ੌਬਾ ਨਹੀਂ ਹੈਗਾ। ਗਿਆਨ ਤੁਸੀਂ ਕਿਸੇ ਵੀ ਖੇਤਰ 'ਚ ਪ੍ਰਾਪਤ ਕਰ ਲਓ, ਗੀਤ ਤੁਸੀਂ ਕਿਸੇ ਵੀ ਭਾਸ਼ਾ ਦੇ ਵਿੱਚ ਆਪਣਾ ਕਾਵਿ ਰਚਨਾ ਕਰ ਲਓ, ਗੁਣ ਤੁਹਾਡੇ ਕੋਲ ਕੋਈ ਹੁਨਰ ਹੋਵੇ, ਗਾਹ ਤੁਸੀਂ ਟਰੈਵਲ ਕਰਨਾ। ਇਹ ਜ਼ਿੰਦਗੀ ਦੇ ਚਾਰ ਹੀ ਮਕਸਦ ਨੇ, ਇਹਨਾਂ ਤੋਂ ਵੱਧ ਕੁਛ ਨਹੀਂ। ਗਿਆਨ ਗੀਤ ਗੁਣ ਗਾਹ, ਅਤੇ ਸੱਚ ਜਾਣਿਓ ਇਹਨਾਂ ਸਾਰਿਆਂ ਦੇ ਵਿੱਚ, ਚਾਹੇ ਇਸ਼ਾਰਿਆਂ ਦੇ ਨਾਲ ਹੀ ਹੋਵੇ, ਕੋਈ ਬੋਲਣਾ ਨਾ ਜਾਣਦਾ ਹੋਵੇ, ਉਹ ਵੀ ਸ਼ਬਦ ਹੁੰਦੇ ਨੇ। ਗੂੰਗਿਆਂ ਦੀ ਵੀ ਇੱਕ ਆਪਣੀ ਭਾਸ਼ਾ, ਅੰਨਿਆਂ ਦੀ ਵੀ ਇੱਕ ਆਪਣੀ ਭਾਸ਼ਾ, ਪਰ ਹੈ ਉਹ ਸ਼ਬਦ ਸੰਕੇਤ ਰੂਪ ਦੇ ਵਿੱਚ ਨੇ। ਸੋ ਸ਼ਬਦ ਤੋਂ ਬਿਨਾਂ ਕੁਝ ਵੀ ਨਹੀਂ, ਅਤੇ ਉਸ ਸ਼ਬਦ ਦੀ ਤਿਆਰੀ ਦਾ ਪ੍ਰਭਾਵ ਤੁਸੀਂ ਵੇਖਦੇ ਹੋ ਭਾਈ ਸਾਹਿਬ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ। ਕਿੰਨੀ ਪਿਆਰੀ ਗੱਲ ਸਾਡੇ ਸਾਹਮਣੇ ਰੱਖ ਦਿੰਦੇ ਆ। ਉਹ ਕਹਿੰਦੇ ਨੇ, ਦੀਪਕ ਪਤੰਗ ਅਲ ਕਮਲ ਸਲਲ ਮੀਨ ਚੱਕ ਵੈ ਚਕੋਰ ਮ੍ਰਿਗ ਰਵ ਸਸ ਨਾਦ ਹੈ, ਪ੍ਰੀਤ ਇੱਕ ਅੰਗੀ ਬਹੁ ਰੰਗੀ ਨਾ ਸੰਗੀ ਕੋਈ ਸਭੇ ਦੁੱਖਦਾਈ ਨਾ ਸਹਾਈ ਅੰਤ ਆਦਿ ਹੈ। ਕਹਿੰਦੇ ਤੁਸੀਂ ਵੇਖਦੇ ਹੋ ਦੀਪਕ ਪਤੰਗ ਬੜਾ ਪਿਆਰ ਕਰਦਾ ਹੈ ਪਤੰਗਾ ਦੀਪਕ ਦੇ ਨਾਲ, ਪਰਵਾਨਾ ਸ਼ਮਾਂ ਦੇ ਨਾਲ, ਮਰ ਜਾਂਦਾ ਹੈ ਕਿ ਅਲ ਕਮਲ ਭਮਰਾ ਫੁੱਲ ਦੇ ਨਾਲ ਪਿਆਰ ਕਰਦਾ ਹੈ। ਸ਼ਾਮ ਨੂੰ ਕਈ ਵਾਰੀ ਫੁੱਲ ਦੀਆਂ ਪੱਤੀਆਂ ਬੰਦ ਹੁੰਦੀਆਂ ਨੇ, ਜਾਨ ਜਾਂਦੀ ਰਹਿੰਦੀ ਹੈ। ਸਲਲ ਮੀਨ ਮੱਛੀ ਪਾਣੀ ਨਾਲ ਪਿਆਰ ਕਰਦੀ ਹੈ।
ਚੱਕਵਾ ਚਕੋਰ ਮ੍ਰਿਗ ਰਵ ਸਸ ਨਾਦ ਹੈ, ਮ੍ਰਿਗ ਨਾਦ ਦੇ ਨਾਲ, ਚੱਕਵਾ ਸੂਰਜ ਦੇ ਨਾਲ, ਚਕੋਰ ਚੰਦਰਮਾ ਦੇ ਨਾਲ। ਪਰ ਕਹਿੰਦਾ ਕਦੀ ਸੋਚਣ ਦਾ ਯਤਨ ਕੀਤਾ ਕਿ ਜਿਹੜਾ ਪਿਆਰ ਕਰ ਰਿਹਾ ਉਹੀ ਕਰ ਰਿਹਾ ਕਿ ਦੂਜਾ ਵੀ ਕਰ ਰਿਹਾ? ਮੱਛੀ ਤੜਫ ਰਹੀ, ਕਿਤੇ ਪਾਣੀ ਵੀ ਆ ਰਿਹਾ, ਪਰਵਾਨੇ ਦੇ ਕੋਲ ਕਿਤੇ ਸ਼ਮਾ ਵੀ ਆ ਰਹੀ ਹੈ, ਜਾਂ ਫਿਰ ਕਦੀ ਫੁੱਲ ਵੀ ਭਵਰੇ ਕੋਲ ਜਾ ਰਿਹਾ? ਕਹਿੰਦੇ ਨਹੀਂ, ਕਹਿੰਦੇ ਇਹ ਮਰਿਆਦਾ ਤੁਸੀਂ ਇੱਥੇ ਵੇਖਦੇ ਹੋ। ਕਹਿੰਦੇ ਤਾਂ ਵਨ ਸਾਈਡਡ ਲਵ ਹੈ, ਪ੍ਰੀਤ ਇੱਕ ਅੰਗੀ, ਇੱਕ ਪਾਸੇ ਦਾ ਪਿਆਰ। ਬਹੁ ਰੰਗੀ ਨਾ ਸੰਗੀ ਕੋਈ, ਸਭੇ ਦੁੱਖਦਾਈ ਨਾ ਸਹਾਈ ਅੰਤ ਆਦਿ ਹੈ, ਜੀਵਤ ਨਾ ਸਾਧ ਸੰਗ ਮੋਏ ਨਾ ਪਰਮਗਤ, ਗਿਆਨ ਧਿਆਨ ਪ੍ਰੇਮ ਰਸ ਪ੍ਰੀਤਮ ਪ੍ਰਸਾਦ ਹੈ। ਪਰ ਕਹਿੰਦੇ ਜੇ ਅਸਲ ਪੂਰਨ ਪ੍ਰੀਤ ਨੂੰ ਵੇਖਣਾ ਤਾਂ ਫਿਰ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ। ਇਹ ਹੈ ਸਾਡਾ ਗੁਰੂ ਅਤੇ ਸਿੱਖ ਦਾ ਰਿਸ਼ਤਾ। ਸੋ ਕਹਿੰਦੇ ਇਹ ਪਿਆਰ ਦੀ ਪੂਰਨਤਾ ਹੈ, ਬਾਕੀ ਤਾਂ ਅਧੂਰੇ ਨੇ, ਇੱਕ ਪਾਸੜ ਨੇ। ਸੋ ਭਾਈ ਗੁਰਦਾਸ ਦਾ ਜਿਹੜਾ ਰੂਹਾਨੀਅਤ ਦਾ ਅਤੇ ਸਮਝਾਉਣ ਦਾ ਇਹ ਪੱਧਰ ਹੈ, ਅਤੇ ਬਾਬਾ ਜੇਠਾ ਜੀ ਦੀ ਬਾਣੀ, ਗੁਰੂ ਰਾਮਦਾਸ ਪਾਤਸ਼ਾਹ ਦੀ ਬਾਣੀ ਤੁਸੀਂ ਗੁਰੂ ਗ੍ਰੰਥ ਸਾਹਿਬ 'ਚ ਪੜ੍ਹ ਸਕਦੇ ਹੋ। ਇੱਕ ਯਤੀਮ ਮੈਨੂੰ ਕਰਾਮਾਤ ਮੰਨਦਾ, ਜਿਹਨੂੰ ਭੱਟ ਸਾਹਿਬਾਨ ਕਹਿੰਦੇ ਨੇ ਪੂਰੀ ਹੋਈ ਕਰਾਮਾਤ। ਇਹ ਕਰਾਮਾਤ ਹੈ ਕਿ ਕਦੀ ਉਹ ਅਨਾਥ ਬੱਚਾ ਜਿਹੜਾ ਆਪ ਰੋਟੀ ਖਾਣ ਦੇ ਵਾਸਤੇ ਘੁੰਗਣੀਆਂ ਵੇਚ ਰਿਹਾ, ਅੱਜ ਉਹਦੇ ਦਰਬਾਰ ਦੇ ਚੱਲ ਰਹੇ ਲੰਗਰ ਦੇ ਵਿੱਚ ਸਾਰਾ ਸੰਸਾਰ ਖਾ ਰਿਹਾ, ਇਹ ਕਰਾਮਾਤ। ਹੁਣ ਉਹਨਾਂ ਨੇ ਵਿੱਦਿਆ ਕਿੱਥੋਂ ਲਈ? ਗੁਰੂ ਅਮਰਦਾਸ ਪਾਤਸ਼ਾਹ ਦੇ ਦਰਬਾਰ ਦੇ ਵਿੱਚ। ਉਹ ਵਿੱਦਿਆ ਕਿਵੇਂ ਦੀ ਹੈ? ਅਕਬਰ ਦੇ ਦਰਬਾਰ ਦੇ ਵਿੱਚ ਸ਼ਿਕਾਇਤਾਂ ਤਿੰਨ ਨੇ, ਮੈਂ ਇੱਕ ਵਾਰੀ ਪੜ੍ਹ ਰਿਹਾ ਸੀ। ਇਹ ਤਕਰੀਬਨ ਜਦੋਂ ਕੋਈ ਲਹਿਰ ਇਹ ਮਹਿਸੂਸ ਕਰਦੀ ਹੈ ਕਿ ਸਾਡੇ ਸਥਾਪਿਤ ਢਾਂਚੇ ਨੂੰ ਇੱਕ ਵੱਡੀ ਸੱਟ ਵੱਜ ਰਹੀ ਹੈ, ਤਾਂ ਉਹ ਹਮੇਸ਼ਾ ਰਾਜਨੀਤੀ ਦੀ ਮਦਦ ਲੈਂਦੀ ਹੈ। ਪਰ ਹੁੰਦਾ ਕੀ ਹੈ, ਬਹੁਤ ਸਾਰੇ ਲੋਕ ਜਿਹੜੇ ਰਾਜਨੀਤਿਕ ਕਾਰਜਾਂ 'ਚ ਬੱਝੇ ਹੁੰਦੇ ਨੇ, ਉਹ ਆਪਣੀ ਵਿਚਾਰਧਾਰਕ ਵਿਰੋਧੀ ਦੇ ਨਾਲ ਵੀ ਆਪਣੀ ਸਵੈਮਾਣਤਾ ਦੀ, ਆਪਣੇ ਨਿਆਰੇਪਣ ਦੀ ਗੱਲ ਨਹੀਂ ਕਰਦੇ, ਜੀ ਹਜ਼ੂਰੀਏ ਬਣ ਜਾਂਦੇ ਨੇ। ਨਹੀਂ ਜੀ, ਵੱਡੀ ਪਾਰਟੀ ਹੈ, ਜਿਸ ਤਰ੍ਹਾਂ ਕਹਿੰਦੇ ਨੇ ਕਰੋ, ਇੰਝ ਨਹੀਂ। ਗੁਰੂ ਪਾਤਸ਼ਾਹ ਨੇ ਕੀ ਸਿਖਾਇਆ, ਉਹ ਗੱਲ ਵੱਖਰੀ ਹੈ। ਗੁਰੂ ਪਾਤਸ਼ਾਹ ਬਾਬਾ ਜੇਠਾ ਜੀ ਨੂੰ ਭੇਜਦੇ ਨੇ, ਗੁਰੂ ਰਾਮਦਾਸ ਪਾਤਸ਼ਾਹ ਨੂੰ। ਉੱਥੇ ਸ਼ਿਕਾਇਤ ਕਰਤਾ ਵੀ ਹਾਜ਼ਰ ਨੇ, ਜਵਾਬ ਦੇਣ ਵਾਲੇ ਵੀ ਹਾਜ਼ਰ ਨੇ, ਬਾਦਸ਼ਾਹ ਵੀ ਬੈਠਾ ਹੈ। ਮਹਿਜ਼ਰਨਾਮਾ ਲਿਖਤੀ ਰੂਪ ਦੇ ਵਿੱਚ ਸ਼ਿਕਾਇਤ ਲਿਖਤੀ ਹੈ ਕਿ ਇਹ ਸਾਡੇ ਵਾਂਗ ਬੁੱਤ ਪੂਜਾ ਨਹੀਂ ਕਰਦੇ, ਨਵਾਂ ਮਤ ਹੈ, ਬੁੱਤ ਪ੍ਰਸਤੀ ਦਾ ਖੰਡਨ ਕਰਦੇ ਨੇ। ਦੂਸਰੀ ਗੱਲ, ਇਹ ਤੀਰਥਾਂ ਦੇ ਉੱਪਰ ਇਸ਼ਨਾਨ ਦੇ ਮਹਾਤਮ ਦਾ ਵਿਰੋਧ ਕਰਦੇ ਨੇ। ਤੀਸਰੀ ਗੱਲ, ਇਹ ਗਾਇਤਰੀ ਮੰਤਰ ਨਹੀਂ ਪੜ੍ਹਦੇ। ਹੁਣ ਪਾਤਸ਼ਾਹ ਦਾ ਜਵਾਬ ਬੜਾ ਪਿਆਰਾ ਹੈ, ਕਹਿੰਦੇ ਬਾਦਸ਼ਾਹ ਸਲਾਮਤ, ਅਸੀਂ ਕਿਰਤ ਦੇ ਉਪਾਸ਼ਕ ਨਹੀਂ ਹੈਗੇ, ਅਸੀਂ ਕਰਤੇ ਦੇ ਉਪਾਸ਼ਕ ਹੈ। ਅਸੀਂ ਬੁੱਤ ਪ੍ਰਸਤੀ ਨਹੀਂ ਕਰਦੇ, ਅਸੀਂ ਤਾਂ ਮਨੁੱਖ ਪ੍ਰਸਤੀ ਵੀ ਨਹੀਂ ਕਰਦੇ। ਅਸੀਂ ਕਹਿੰਦੇ ਕਿ ਉਹਦੇ 'ਚ ਬਣਾਈ ਹੋਈ ਜੋਤ ਨੂੰ ਵੇਖੋ, ਸਭ ਮੈਂ ਜੋਤ ਜੋਤ ਹੈ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਅਸੀਂ ਤਾਂ ਉਸ ਅਕਾਲ ਪੁਰਖ ਦੇ ਪੁਜਾਰੀ ਹਾਂ, ਅਸੀਂ ਤਾਂ ਉਹਦੀ ਆਰਾਧਨਾ ਕਰਦੇ ਹਾਂ, ਅਸੀਂ ਬੰਦੇ ਦੇ ਬਣਾਏ ਹੋਏ ਬੁੱਤ ਨੂੰ ਨਹੀਂ ਮੰਨਦੇ। ਮੈਂ ਕਿਤੇ ਪੜ੍ਹ ਰਿਹਾ ਸੀ, ਕਹਿੰਦੇ ਇੱਕ ਬੁੱਤ ਤਰਾਸ਼ ਬੁੱਤ ਬਣਾ ਰਿਹਾ, ਅਤੇ ਬੁੱਤ ਬਣਾਉਣ ਤੋਂ ਬਾਅਦ ਤਾਂ ਨੂੰ ਸਿਰ ਚੁੱਕਦਾ, ਕਹਿੰਦਾ ਪਰਮਾਤਮਾ ਮੈਨੂੰ ਇੰਝ ਲੱਗਦਾ ਮੈਂ ਤੇਰੇ ਤੋਂ ਜ਼ਿਆਦਾ ਤਾਕਤਵਰ। ਸ਼ਾਇਦ ਆਵਾਜ਼ ਆਈ ਜਾਂ ਫਿਰ ਆਪੇ ਜਵਾਬ ਦਿੰਦਾ, ਕਹਿੰਦਾ ਮੈਂ ਤਾਕਤਵਰ ਤੇਰੇ ਤੋਂ ਜ਼ਿਆਦਾ ਇਸ ਕਰਕੇ ਹੈ ਕਿਉਂਕਿ ਤੇਰੇ ਬਣਾਏ ਹੋਏ ਚੇਤਨਤਾ ਦੇ ਬੁੱਤ ਮੇਰੇ ਅਚੇਤ ਬੁੱਤ ਨੂੰ ਮੱਥਾ ਟੇਕਦੇ ਨੇ। ਮੇਰੀ ਬਣਾਈ ਹੋਈ ਕਿਰਤ ਨੂੰ ਤੇਰੀ ਚੇਤਨਤਾ ਮੱਥਾ ਟੇਕਦੀ ਹੈ, ਕਈ ਵਾਰੀ ਮੈਨੂੰ ਲੱਗਦਾ ਕਿ ਮੈਂ ਤੇਰੇ ਤੋਂ ਵੱਡਾ। ਹੁਣ ਗੁਰੂ ਪਾਤਸ਼ਾਹ ਨੇ ਇਹੀ ਗੱਲ ਸਮਝਾਈ ਕਿ ਅਸੀਂ ਉਸ ਕਰਤੇ ਦੇ ਉਪਾਸ਼ਕ ਹਾਂ। ਦੂਸਰੀ ਗੱਲ, ਤੀਰਥ ਇਸ਼ਨਾਨ,
ਕਹਿੰਦੇ ਕਿ ਅਸੀਂ ਉਸ ਤੀਰਥ ਇਸ਼ਨਾਨ ਦਾ ਖੰਡਨ ਕਰਦੇ ਹਾਂ ਜਿੱਥੇ ਵਹਿ ਰਹੀ ਧਾਰਾ ਨੂੰ ਵੀ ਜਾਤੀ ਪ੍ਰਥਾ 'ਚ ਵੰਡਿਆ ਜਾਂਦਾ। ਜਿੱਥੇ ਬ੍ਰਾਹਮਣ ਨਹਾ ਰਿਹਾ ਹੁੰਦਾ ਸੀ ਉਦੋਂ ਉੱਥੇ ਖੱਤਰੀ ਨਹੀਂ ਸੀ ਨਹਾ ਸਕਦਾ, ਉਹ ਉੱਧਰ ਨਹਾਉਂਦਾ ਸੀ ਜਿੱਧਰੋਂ ਵਹਾ ਆ ਰਿਹਾ ਹੁੰਦਾ ਸੀ ਕਿ ਪਹਿਲਾਂ ਪਾਣੀ ਉਹਦੇ ਜਿਸਮ ਨੂੰ ਲੱਗਣਾ ਚਾਹੀਦਾ। ਅਸੀਂ ਉਸ ਦਾ ਖੰਡਨ ਕਰਦੇ ਹਾਂ। ਤੀਸਰੀ ਗੱਲ ਗਾਇਤਰੀ ਮੰਤਰ, ਹੁਣ ਪਾਤਸ਼ਾਹ ਦਾ ਗਿਆਨ। ਕਹਿੰਦੇ ਬਾਦਸ਼ਾਹ ਸਲਾਮਤ ਜਿਹੜਾ ਇਹਨਾਂ ਨੇ ਤੀਜਾ ਇਲਜ਼ਾਮ ਲਾਇਆ ਨਾ, ਮੈਂ ਉਹਦੇ ਬਾਰੇ ਇਹ ਕਹਿਣਾ ਚਾਹੁੰਦਾ, ਉਹ ਇਹ ਹੈ ਕਿ ਇਹ ਨਹੀਂ ਕਿ ਸਾਨੂੰ ਉਸ ਦਾ ਗਿਆਨ ਨਹੀਂ, ਪਰ ਉਹ ਮੰਤਰ ਜਿਸ ਦਾ ਸਾਰੇ ਆਰਾਧਨ ਨਾ ਕਰ ਸਕਣ ਉਸ ਨੂੰ ਅਸੀਂ ਕਿਵੇਂ ਸਵੀਕਾਰ ਕਰੀਏ। ਮੈਂ ਜੇਕਰ ਉਹ ਮੰਤਰ ਇੱਥੇ ਪੜ੍ਹ ਦੇਵਾਂ ਤਾਂ ਇਹ ਲੋਕ ਵਿਰੋਧੀ ਹੋ ਜਾਣਗੇ ਕਿ ਕਿਸੇ ਮਲੇਸ਼ ਦੇ ਸਾਹਮਣੇ ਜਾਂ ਫਿਰ ਸਵਰਨ ਤੋਂ ਬਿਨਾਂ ਕਿਸੇ ਦੇ ਸਾਹਮਣੇ ਉਸ ਮੰਤਰ ਨੂੰ ਕਿਉਂ ਉਚਾਰਿਆ ਗਿਆ। ਅਸੀਂ ਉਹਦਾ ਖੰਡਨ ਕਰਦੇ। ਬਾਦਸ਼ਾਹ ਪ੍ਰਭਾਵਿਤ ਹੁੰਦਾ, ਸਹਿਮਤ ਵੀ ਹੁੰਦਾ, ਉਸ ਮੈਜ਼ਰ ਨਾਲ ਮੈਨੂੰ ਖਾਰਜ ਕਰ ਦਿੱਤਾ ਜਾਂਦਾ। ਕੀ ਅੱਜ ਸਾਡੇ ਕੋਲ ਇਹ ਸਮਰੱਥਾ ਰਹਿ ਗਈ ਹੈ ਕਿ ਅਸੀਂ ਆਪਣੇ ਨਿਆਰੇਪਨ ਦੀ ਗੱਲ ਨੂੰ ਰੱਖ ਸਕੀਏ? ਖਤਮ ਹੁੰਦੀ ਜਾ ਰਹੀ ਸਾਡੇ 'ਚੋਂ। ਸੋ ਗੁਰਦੇਵ ਪਾਤਸ਼ਾਹ ਨੇ ਸਾਡੇ ਸਾਹਮਣੇ ਜਿਹੜੀ ਗੱਲ ਵੀਰ ਜੀ ਨੇ ਕਹੀ ਸੀ ਕਿ ਅੱਜ ਦੇ ਸਮੇਂ ਦੇ 'ਚ ਉਹਦੀ ਸਾਰਥਕਤਾ ਕੀ ਹੈ, ਅੱਜ ਦੇ ਸਮੇਂ 'ਚ ਉਹਦੀ ਇਹ ਸਾਰਥਕਤਾ ਕਿ ਅੱਜ ਅਸੀਂ ਕਿਤੇ ਨਾ ਕਿਤੇ ਆਪਾਂ ਚੀਨਣ ਦਾ ਯਤਨ ਤਾਂ ਕਰੀਏ ਕਿ ਦਰਅਸਲ ਹੋ ਕੀ ਰਿਹਾ। ਸਤੀ ਪ੍ਰਥਾ ਦੀ ਗੱਲ ਚੱਲੀ ਸੀ, ਤਕਰੀਬਨ 273 ਸਾਲ ਬਾਅਦ ਅੰਗਰੇਜ਼ਾਂ ਦੇ ਵੱਲੋਂ ਕਾਨੂੰਨ ਆਉਂਦਾ ਹੈ ਸਤੀ ਪ੍ਰਥਾ ਦੇ ਉੱਪਰ ਪਾਬੰਦੀ। ਲਾਰਡ ਵਿਲੀਅਮ ਬੈਂਟਿੰਗ ਉਹ ਇਹ ਕਾਨੂੰਨ ਬਣਾਉਂਦਾ। ਪਰ ਗੁਰਦੇਵ ਪਾਤਸ਼ਾਹ ਕਦੋਂ ਗੱਲ ਕਰਦੇ ਨੇ, ਇਹ ਸਮਝਣ ਵਾਲੀ ਗੱਲ। ਇਹ ਸਤੀ ਅਜੇ ਵੀ ਬੰਦ ਨਹੀਂ ਜੇ ਹੋਈ, ਅਖਬਾਰਾਂ ਨੂੰ ਪੜ੍ਹ ਕੇ ਵੇਖਿਓ। ਵੈਸੇ ਤਾਂ 1987 ਦੇ ਵਿੱਚ ਰਾਜਸਥਾਨ ਦੇ ਵਿੱਚ ਰੂਪ ਕੰਵਰ 17 ਸਾਲ ਦੀ ਬੱਚੀ ਸਤੀ ਹੋਈ, ਉਹਦੇ ਤੋਂ ਬਾਅਦ ਉਹਦੀ ਚੁਨਰੀ ਦੀ ਰਸਮ ਕੀਤੀ ਗਈ, ਲੱਖਾਂ ਦੇ ਵਿੱਚ ਲੋਕ ਇਕੱਠੇ ਹੋਏ, ਮੰਦਰ ਬਣਾਇਆ ਗਿਆ, ਦੇਵੀ ਦੇ ਰੂਪ 'ਚ ਮਾਨਤਾ ਕੀਤੀ ਗਈ। ਫੈਕਟ ਫਾਈਂਡਰਸ ਵਾਲਿਆਂ ਨੇ ਜਦੋਂ ਉੱਤੇ ਰਿਸਰਚ ਕੀਤੀ ਨਾ ਤਾਂ ਪਤਾ ਲੱਗਾ ਕਿ ਉਹ ਆਪਣੇ ਪਤੀ ਦੇ ਨਾਲ ਕੇਵਲ 19 ਕੁ ਦਿਨ ਰਹੀ ਸੀ। ਹੁਣ ਉਸ ਨੂੰ ਸਤੀ ਕਰ ਦਿੱਤਾ ਗਿਆ। ਉਹਦੇ ਤੋਂ ਬਾਅਦ 100 ਤੋਂ ਵਧੇਰੇ ਕੇਸ ਸਤੀ ਦੇ ਆਏ ਨੇ, ਬੇਸ਼ੱਕ ਕਿ ਬਹੁਤਿਆਂ 'ਤੇ ਜਾਨ ਬਚਾ ਲਈ ਗਈ। ਹੁਣ ਉਹਦੇ ਤੋਂ ਬਾਅਦ ਲਾਰਡ ਡਲਹੌਜ਼ੀ ਕੀ ਕਹਿੰਦਾ ਹੈ, ਬਿਲਕੁਲ ਜੋ ਅਕਬਰ ਕਹਿੰਦਾ, ਕਹਿੰਦਾ ਕਿ ਸਤੀ ਪ੍ਰਥਾ ਬੰਦ ਹੈ, ਪਰ ਜੇਕਰ ਕੋਈ ਆਪਣੀ ਮਰਜ਼ੀ ਨਾਲ ਸਤੀ ਹੋਣਾ ਚਾਹੇ ਤਾਂ ਉਹਦੇ ਉੱਪਰ ਕੋਈ ਪਾਬੰਦੀ ਨਹੀਂ। ਡਲਹੌਜ਼ੀ ਨੇ ਵੀ ਜਿਹੜੀ ਸੋਧ ਕੀਤੀ ਹੈ ਤਕਰੀਬਨ ਇਸ ਤਰ੍ਹਾਂ ਦੀ ਹੈ। ਹੁਣ ਗੁਰੂ ਪਾਤਸ਼ਾਹ ਕੀ ਸਮਝਾਉਂਦੇ ਨੇ, ਕਹਿੰਦੇ ਹੋਵੇ ਹੀ ਕਿਉਂ ਸਤੀ, ਸਤੀ ਦਾ ਅਰਥ ਕੀ ਹੈ? ਜਦੋਂ ਸਤੀ ਕੀਤਾ ਜਾਂਦਾ ਹੈ ਨਾ ਤਾਂ ਕਈ ਵਾਰ ਤਾਂ ਉਸ ਨੂੰ ਇਸ ਤਰ੍ਹਾਂ ਦੀਆਂ ਖਾਸ ਜਿਹੜੀਆਂ ਬੂਟੀਆਂ ਦੇ ਧੂੰਏ ਦੇ ਅੱਗੇ ਰੱਖਿਆ ਜਾਂਦਾ ਕਿ ਬੰਦਾ ਦਿਮਾਗੀ ਤੌਰ 'ਤੇ ਵੈਸੇ ਕਮਲਾ ਜਿਹਾ ਹੋ ਜਾਂਦਾ। ਉਹਦੇ ਤੋਂ ਬਾਅਦ ਉਹਦੇ ਮਨ ਦੇ ਵਿੱਚ ਇਹ ਗੱਲ ਭਰੀ ਜਾਂਦੀ ਹੈ ਕਿ ਵਿਧਵਾ ਹੋ ਕੇ ਸਾਰੀ ਉਮਰ ਲੋਕਾਂ ਦੇ ਤਾਨੇ ਅਤੇ ਮਿਹਣੇ ਸੁਣਦੇ ਨਾਲੋਂ ਚੰਗਾ ਹੁਣ ਘੜੀ ਦਾ ਘੜੀ ਕਸ਼ਟ ਸਹਾਰਨਾ, ਉਹ ਜੀਵਨ ਭਰ ਦਾ ਕਸ਼ਟ ਹੈ। ਉਹਨੂੰ ਮਾਨਸਿਕ ਤੌਰ 'ਤੇ ਤਿਆਰ ਕੀਤਾ ਜਾਂਦਾ, ਜਿਹਨੂੰ ਸਹਿਗਮਨ ਵੀ ਕਿਹਾ ਜਾਂਦਾ, ਆਤਮਗਮਨ ਵੀ ਕਿਹਾ ਜਾਂਦਾ, ਤਿਆਰ ਕੀਤਾ ਜਾਂਦਾ ਮਾਨਸਿਕ ਤੌਰ 'ਤੇ ਔਰਤ ਨੂੰ, ਉਹਦੀ ਇੱਕ ਖਾਸ ਤਰ੍ਹਾਂ ਦੀ ਸਕੂਲਿੰਗ ਕੀਤੀ ਜਾਂਦੀ ਹੈ। ਫਿਰ ਉਹਦੇ ਹੱਥ ਦੇ ਵਿੱਚ ਸਦੌਰਾ ਫੜਾਇਆ ਜਾਂਦਾ, ਜਿਹਨੂੰ ਕਬੀਰ ਸਾਹਿਬ ਕਹਿੰਦੇ ਨਾ ਕਿ ਮਰਨੇ 'ਤੇ ਕਿਆ ਡਰਪਨਾ ਜਬ ਹਾਸ ਸਦੌਰਾ ਲੀਨ, ਡਗਮਗ ਛਾੜ ਰਹੇ ਮਨ ਬਹੁਰਾ, ਅਬ ਤੋਂ ਜਰੇ ਮਰੇ ਸਿੱਧ ਪਾਈਏ ਲੀਨੋ ਹਾਥ ਸਦੌਰਾ। ਇੱਕ ਥਾਲੀ ਦੇ ਵਿੱਚ ਸੁਹਾਗ ਦੀਆਂ ਨਿਸ਼ਾਨੀਆਂ ਅਤੇ ਨਾਰੀਅਲ, ਚੂੜੀਆਂ, ਸੰਧੂਰ, ਲਾਲ ਧਾਗਾ, ਚੁੰਨੀ ਲਾਲ, ਉਸ ਨੂੰ ਫੜਾ ਦਿੱਤੀ ਜਾਂਦੀ ਹੈ ਕਿ ਹੁਣ ਤੂੰ ਆਪਣੇ ਪਤੀ ਦੇ ਨਾਲ ਸਤੀ ਹੋਣਾ।
ਉਹ ਸਤੀ ਹੋਣ ਵਾਸਤੇ ਫੜ ਕੇ ਲਿਜਾਈ ਜਾ ਰਹੀ ਹੁੰਦੀ ਹੈ। ਜਦੋਂ ਉਸ ਨੂੰ ਚਿਤਾ 'ਤੇ ਬਿਠਾ ਦਿੱਤਾ ਜਾਂਦਾ, ਢੋਲ ਢਮੱਕੇ ਦੀ ਇੰਨੀ ਆਵਾਜ਼ ਹੁੰਦੀ ਹੈ ਕਿ ਸੜ ਰਹੇ ਜਿਉਂਦੇ ਬੰਦੇ ਦੀਆਂ ਆਵਾਜ਼ਾਂ ਨਹੀਂ ਸੁਣਦੀਆਂ, ਖਤਮ ਕਰ ਦਿੱਤਾ ਜਾਂਦਾ। ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਕਿ ਅਸਲ ਦੇ ਵਿੱਚ ਸਤੀ ਹੈ ਕੌਣ? ਸਤੀਆਂ ਇਹ ਨਾ ਆਖੀਆਂ ਮੜਿਆਂ ਲੱਗ ਚੰਨ। ਉਹ ਕਾਹਦੀਆਂ ਸਤੀਆਂ ਨੇ ਜਿਹੜੀਆਂ ਮੜੀਆਂ ਦੇ ਵਿੱਚ ਜਾ ਕੇ ਅੱਗ 'ਤੇ ਬਹਿ ਕੇ ਅਗਨੀ ਦੇ ਨਾਲ ਸੜ ਕੇ ਮਰ ਗਈਆਂ? ਨਾਨਕ ਸਤੀਆਂ ਜਾਣੀਆਂ ਜਿਹ ਬਿਰਹੈ ਚੋਟ ਮਰਨ। ਜਿਹੜੀ ਆਪਣੇ ਪਤੀ ਦੀ ਯਾਦ ਦੇ ਵਿੱਚ ਹਮੇਰਾ ਵਿਛੋੜੇ ਦੇ ਵਿੱਚ ਰਹਿ ਕੇ ਆਪਣੇ ਨੈਤਿਕਤਾ ਦੇ ਜੀਵਨ ਦੇ ਵਿੱਚ ਅਸੂਲ ਕਾਇਮ ਰੱਖਦੀਆਂ ਨੇ, ਅਸਲ ਸਤੀਆਂ ਉਹ ਨੇ, ਅਸਲ ਸਤੀਆਂ ਉਹ ਨੇ। ਔਰ ਇਹਦੇ ਨਾਲ ਗੁਰੂ ਪਾਤਸ਼ਾਹ ਨੇ ਇੱਕ ਦਰ ਹੋਰ ਖੋਲਿਆ, ਵਿਧਵਾ ਵਿਆਹ, ਉਹਦੀ ਪ੍ਰਵਾਨਗੀ। ਕੀ ਹੁੰਦਾ ਸੀ? ਮਨੂ ਸਿਮਰਤੀ ਕੀ ਕਹਿ ਰਹੀ ਹੈ? ਮਨੂ ਸਿਮਰਤੀ ਕਹਿ ਰਹੀ ਹੈ ਕਿ ਔਰਤ ਵਿਧਵਾ ਹੋ ਜਾਵੇ ਅਤੇ ਉਹਨੂੰ ਸਿਰ ਮੁੰਨ ਕੇ ਚਿੱਟੇ ਵਸਤਰ ਪਾ ਕੇ ਲੋਕਾਂ ਦੇ 'ਚ ਐਲਾਨੀਆਂ ਜਿਹੜਾ ਆਪਣਾ ਜਿਹੜਾ ਇੱਕ ਤਰ੍ਹਾਂ ਦੇ ਨਾਲ ਪੇਸ਼ਕਾਰੀ ਕਰ ਦੇਣੀ ਚਾਹੀਦੀ ਕਿ ਮੇਰੇ ਪਤੀ ਦਾ ਸਾਇਆ ਮੇਰੇ ਸਿਰ ਤੋਂ ਉੱਠ ਗਿਆ। ਕਿਤੇ ਵੇਦਾਂ ਦੇ ਵਿੱਚ ਪੜ੍ਹੋ ਨਾ, ਮੈਨੂੰ ਦੱਸਣ 'ਤੇ ਸ਼ਰਮ ਆਉਂਦੀ ਹੈ ਜਿਸ ਤਰ੍ਹਾਂ ਦੇ ਨਾਲ ਉਸ ਔਰਤ ਦੇ ਬਾਰੇ ਲਿਖਿਆ ਗਿਆ। ਖੈਰ, ਅਥਰਵ ਵੇਦ ਦੇ ਵਿੱਚ ਸਤੀ ਦੇ ਥੋੜ੍ਹੇ ਜਿਹੇ ਸਾਨੂੰ ਅੰਸ਼ ਮਿਲਦੇ ਨੇ, ਪਰ ਮਨੂ ਸਿਮਰਤੀ ਕਹਿੰਦੀ ਹੈ ਕਿ ਉਹਦਾ ਪਹਿਰਾਵਾ ਇਵੇਂ ਦਾ ਹੋਵੇ, ਫਿਰ ਉਹਦੇ ਲਈ ਸਾਰੀ ਜ਼ਿੰਦਗੀ ਦਾ ਦੁੱਖ ਹੈ। ਅਤੇ ਪਾਤਸ਼ਾਹ ਕਹਿੰਦੇ ਨੇ ਇੱਕ ਖਾਸ ਅਵਸਥਾ ਦੇ ਵਿੱਚ, ਪਾਤਸ਼ਾਹ ਦੇ ਸਮੇਂ ਹੋਇਆ, ਗੁਰੂ ਪਾਤਸ਼ਾਹ ਨੇ ਕੀਤਾ, ਜਦੋਂ ਗੁਰੂ ਪਾਤਸ਼ਾਹ ਨੇ ਅਜੇ ਗੁਰਤਾ ਗੱਦੀ ਨਹੀਂ ਮਿਲੀ, ਗੋਇੰਦਵਾਲ ਵਸਾਉਣਾ ਸ਼ੁਰੂ ਕਰ ਦਿੱਤਾ। ਹੁਣ ਮੈਂ ਜਿਹੜੀ ਗੱਲ ਕੀਤੀ ਸੀ, ਅਸੀਂ ਆਪਣੀ ਇਤਿਹਾਸਕਾਰੀ ਦਾ ਆਪਣਾ ਰੂਪ ਸਿਰਜੀਏ, ਉੱਥੇ ਲਿਖਿਆ ਕੀ ਸਾਡੇ ਇਤਿਹਾਸ 'ਚ ਕਿ ਇਹ ਗੋਇੰਦੇ ਖੱਤਰੀ ਦੀ ਜਗ੍ਹਾ ਸੀ ਅਤੇ ਇੱਥੇ ਬਹੁਤ ਜ਼ਿਆਦਾ ਭੂਤ ਪ੍ਰੇਤਾਂ ਦਾ ਵਾਸਾ ਸੀ ਅਤੇ ਜਦੋਂ ਵੀ ਉਹ ਕੋਈ ਇਮਾਰਤ ਬਣਾਉਂਦਾ ਸੀ ਉਸ ਇਮਾਰਤ ਨੂੰ ਢਾਹ ਦਿੱਤਾ ਜਾਂਦਾ ਸੀ। ਇਹ ਗੱਲ ਇਬਰਾਹਿਮ ਸੂਰੀ ਦੇ ਸਮੇਂ ਦੀ ਹੈ, ਸ਼ੇਰ ਸ਼ਾਹ ਸੂਰੀ ਉਦੋਂ ਜਾ ਚੁੱਕਾ ਸੀ ਦੁਨੀਆ ਤੋਂ। ਹੁਣ ਜਦੋਂ ਮੈਂ ਇਹਦੇ ਬਾਰੇ ਖੋਜ ਕਰਨੀ ਸ਼ੁਰੂ ਕੀਤੀ, ਕਿਉਂਕਿ ਮੈਂ ਜਿਹੜੀ ਗੱਲ ਪਹਿਲਾਂ 'ਚ ਕਹੀ ਸੀ ਕਿ ਅਸੀਂ ਆਪਣੇ ਇਤਿਹਾਸ ਨੂੰ ਆਪਣੇ ਸਰੋਤਾਂ ਅਤੇ ਆਪਣੀ ਵਿਚਾਰਧਾਰਾ 'ਚੋਂ ਲੱਭਣ ਦਾ ਯਤਨ ਕਰੀਏ, ਦਰਅਸਲ ਕੀ ਸੀ ਕਿ ਗੋਇੰਦੇ ਖੱਤਰੀ ਦਾ ਝਗੜਾ ਆਪਣੇ ਸ਼ਰੀਕ ਭਰਾਵਾਂ ਦੇ ਨਾਲ ਸੀ। ਉਹ ਜਦੋਂ ਵੀ ਕੋਈ ਇਮਾਰਤ ਬਣਾਉਂਦਾ ਸੀ ਉਹ ਆ ਕੇ ਢਾਹ ਦਿੰਦੇ ਸੀ ਅਤੇ ਇਹਦਾ ਕੇਸ ਜਿਹੜਾ ਹੈ ਬਕਾਇਦਾ ਤੌਰ 'ਤੇ ਲਾਹੌਰ ਚੱਲ ਰਿਹਾ ਸੀ। ਲਾਹੌਰ ਉਹ ਕੇਸ ਜਿਹੜਾ ਸੀ ਉਹਦਾ ਕੋਈ ਫੈਸਲਾ ਨਾ ਹੋਇਆ, ਕੇਸ ਦਿੱਲੀ ਆਇਆ ਅਤੇ ਜਦੋਂ ਉਹ ਕੇਸ ਦਿੱਲੀ ਆਇਆ ਨਾ ਅਤੇ ਗੋਇੰਦਾ ਖੱਤਰੀ ਤੁਰਨ ਲੱਗਾ, ਕਹਿੰਦਾ ਹੈ ਕਿ ਜੇਕਰ ਇਹ ਕੇਸ ਮੇਰੇ ਹੱਕ ਦੇ ਵਿੱਚ ਹੋ ਜਾਵੇ ਤਾਂ ਮੈਂ ਅੱਧੀ ਜ਼ਮੀਨ ਗੁਰੂ ਨਾਨਕ ਦੇ ਦਰ ਦੇ ਉੱਪਰ ਭੇਟਾ ਕਰ ਦੇਵਾਂਗਾ। ਅਸਲੀਅਤ ਇਹ ਸੀ, ਆਇਆ ਆਪਣੀਆਂ ਦਲੀਲਾਂ ਦਿੱਤੀਆਂ, ਆਪਣੀ ਜ਼ਮੀਨ ਦੇ ਉੱਪਰ ਦਾਅਵੇਦਾਰੀ ਅਤੇ ਮਲਕੀਅਤ ਦੇ ਬਾਰੇ ਦੱਸਿਆ ਅਤੇ ਇਹ ਸਾਰਾ ਦੱਸਣ ਤੋਂ ਬਾਅਦ ਕੇਸ ਉਸ ਦੇ ਹੱਕ ਦੇ ਵਿੱਚ ਹੋ ਗਿਆ। ਜਾ ਕੇ ਗੋਇੰਦਵਾਲ ਸਾਹਿਬ ਦਾ ਜ਼ਮੀਨ ਦਾ ਲਿਖਤੀ ਪੱਟਾ, ਜਿਸ ਨੂੰ ਅਸੀਂ ਕਹਿੰਦੇ ਹਾਂ, ਗੁਰੂ ਪਾਤਸ਼ਾਹ ਨੂੰ ਸੌਂਪ ਦਿੱਤਾ। ਗੁਰੂ ਪਾਤਸ਼ਾਹ ਨੇ ਉੱਥੇ ਉਸਾਰੀ ਕਰਾਉਣੀ ਸ਼ੁਰੂ ਕੀਤੀ, ਲੋੜ ਸੀ ਲੱਕੜਾਂ ਦੀ। ਹੁਣ ਲੱਕੜਾਂ ਦੇ ਵਾਸਤੇ ਆਪਣੇ ਭਰਾ ਦੇ ਪੁੱਤਰ ਖੇਮ ਚੰਦ ਜੀ ਦੇ ਸਪੁੱਤਰ ਸਾਵਣ ਮੱਲ ਨੂੰ ਹਰੀਪੁਰ ਭੇਜਿਆ ਜਾਂਦਾ। ਤੁਸੀਂ ਇਤਿਹਾਸ 'ਚ ਪੜ੍ਹੋਗੇ, ਲਿਖਿਆ ਜਾਂਦਾ ਕਿ ਹਰੀਪੁਰ ਦੇ ਰਾਜੇ ਦੀਆਂ ਰਾਣੀਆਂ ਆਈਆਂ, ਉੱਥੇ ਦੋ ਬੜੇ ਅਹਿਮ ਕੌਤਕ ਵਾਪਰੇ ਨੇ। ਕੌਤਕ ਮੈਂ ਸ਼ਬਦ ਇਸ ਕਰਕੇ ਵਰਤਿਆ ਕਿ ਇਵੇਂ ਦੇ ਵਰਤਾਰੇ ਜਿਨ੍ਹਾਂ ਦੀ ਸਮਾਜ ਨੂੰ ਆਸ ਹੀ ਨਹੀਂ ਸੀ। ਬਾਬਾ ਸਾਵਣ ਮੱਲ ਇੱਥੇ ਆਏ, ਇੱਥੇ ਇੱਕ ਵੱਖਰੀ ਘਟਨਾ ਵਾਪਰਦੀ ਹੈ। ਰਾਜਾ, ਜੇਕਰ ਬਾਬਾ ਸਾਵਣ ਮੱਲ 1550 ਤੋਂ ਪਹਿਲਾਂ ਆਏ ਹੋਣ ਤਾਂ ਫਿਰ ਉੱਥੋਂ ਦਾ ਰਾਜਾ ਜਿਹੜਾ ਉਹ ਰਾਮਚੰਦ ਬਣਦਾ। ਜੇਕਰ 53 ਤੱਕ ਉੱਥੇ ਰਹੇ ਹੋਣ ਤਾਂ ਉਹ ਤੋਂ ਬਾਅਦ ਰਾਜਾ ਜਗਦੀਸ਼ ਚੰਦਰ ਆ ਜਾਂਦਾ। ਇਹ ਪਿਤਾ ਅਤੇ ਪੁੱਤਰ ਨੇ। ਸੋ ਇਹਨਾਂ ਦੇ ਸਮੇਂ ਦੀ ਘਟਨਾ,
ਔਰ ਕੁਦਰਤਨ ਉਹ 1550 ਤੋਂ ਪਹਿਲਾਂ ਆਏ ਨੇ, ਕਿਉਂਕਿ ਆਨੰਦ ਗੋਇੰਦਵਾਲ ਸਾਹਿਬ ਦੀ ਉਸਾਰੀ ਕਾਫੀ ਹੋ ਚੁੱਕੀ ਸੀ ਜਦੋਂ 1552 'ਚ ਗੁਰਤਾ ਗੱਦੀ ਮਿਲਦੀ ਹੈ। ਸੋ ਉਹਨਾਂ ਦੇ ਸਮੇਂ ਜਿਹੜਾ ਰਾਜਾ ਹੈ ਉਹ ਜ਼ਰੂਰ ਰਾਮ ਚੰਦਰ ਹੋਵੇਗਾ, ਭਾਵੇਂ ਕਿ ਮੈਂ ਉਹਨਾਂ ਦੀ ਹਿਮਾਚਲ ਦੀ ਉਸ ਰਿਆਸਤ ਦੀ ਬੰਸਾਵਲੀ ਪੜ੍ਹੀ ਹੈ, ਕਿਉਂਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਇਸ ਗੁਲੇਰ ਹਰੀਪੁਰ ਨੂੰ ਆਪਣੇ ਕਬਜ਼ੇ ਅਧੀਨ ਲਿਆ ਸੀ। ਉਸ ਤੋਂ ਬਾਅਦ ਅੰਗਰੇਜ਼ਾਂ ਦੇ ਅਧੀਨ ਚਲਾ ਗਿਆ, ਇੱਕ ਪ੍ਰਿੰਸਲੀ ਸਟੇਟ। ਮੈਂ ਜਦੋਂ ਉਹਦੇ 'ਤੇ ਖੋਜ ਕਰ ਰਿਹਾ ਸੀ, ਇੱਕ ਤੱਥ ਸਾਹਮਣੇ ਆਇਆ ਕਿ ਬਹੁ ਵਿਆਹ ਪ੍ਰਣਾਲੀ ਸੀ, ਇਹਨਾਂ ਨੇ ਆਪਣੇ ਘਰਾਂ ਦੇ 'ਚ 10-10-12 ਪਤਨੀਆਂ ਰੱਖੀਆਂ ਹੋਈਆਂ ਸੀ। ਜਿਹੜੀ ਵੀ ਸੋਹਣੀ ਕੁੜੀ ਲੱਗਦੀ ਸੀ, ਪਹਾੜਾਂ ਦੇ ਵਿੱਚ ਅਮੀਰ ਪਰਿਵਾਰ ਸੀ, ਪੈਸੇ ਦੇ ਲਾਲਚ ਦੇ ਨਾਲ ਲੈ ਆਉਂਦੇ ਸੀ। ਬਾਬਾ ਸਾਵਣ ਮੱਲ ਉੱਥੇ ਗਏ ਨੇ। ਧਰਮ ਦੇ ਵਿੱਚ ਮਾਨਸਿਕ ਡਰ ਇੱਕ ਬੜੀ ਅਹਿਮ ਗੱਲ ਹੁੰਦੀ ਹੈ, ਅੱਜ ਵੀ ਪਾਇਆ ਜਾਂਦਾ ਸਾਡੇ 'ਚ। ਉਸ ਡਰ ਦੇ ਅਧੀਨ ਲੋਕਾਂ ਦੇ ਵਿੱਚ ਇਹ ਗੱਲ ਪ੍ਰਚਲਿਤ ਕੀਤੀ ਗਈ ਕਿ ਜਿਹੜਾ ਇਕਾਦਸ਼ੀ ਦਾ ਵਰਤ ਨਹੀਂ ਰੱਖੇਗਾ ਉਹਦਾ ਨੁਕਸਾਨ ਹੋਵੇਗਾ, ਅਤੇ ਉਸ ਰਿਆਸਤ ਦੇ ਨੁਕਸਾਨ ਨੂੰ ਬਚਾਉਣ ਦੇ ਵਾਸਤੇ ਇਹ ਰਾਜੇ ਦਾ ਕਾਨੂੰਨ ਹੈ ਕਿ ਜਿਹੜਾ ਇਕਾਦਸ਼ੀ ਦਾ ਵਰਤ ਨਹੀਂ ਰੱਖੇਗਾ ਉਹਨੂੰ ਸਜ਼ਾ ਦਿੱਤੀ ਜਾਵੇਗੀ। ਹੁਣ ਗਿਆ ਹੈ ਗੁਰੂ ਨਾਨਕ ਦੇ ਦਰ ਤੋਂ ਭਾਈ ਸਾਵਣ ਮੱਲ ਜੀ, ਰਾਜੇ ਦਾ ਐਲਾਨ ਹੈ ਵਰਤ ਰੱਖਿਆ ਜਾਵੇ, ਉਹਨਾਂ ਨੇ ਲੋਹਤ ਪਾਈ ਅਤੇ ਭੁੱਖੇ ਲੋਕਾਂ ਦੇ ਵਾਸਤੇ ਲੰਗਰ ਲਾ ਦਿੱਤਾ। ਹੁਣ ਖੇਡ ਵੱਖਰੀ ਵਾਪਰ ਗਈ, ਰਾਜਾ ਕਹਿ ਰਿਹਾ ਕਿ ਚੁੱਲ੍ਹਾ ਨਹੀਂ ਬਲੇਗਾ, ਲੰਗਰ ਲੱਗ ਗਿਆ, ਗ੍ਰਿਫਤਾਰ ਕੀਤਾ, ਚਰਚਾ ਹੋਈ, ਵਾਰਤਾਲਾਪ ਹੋਈ। ਹੁਣ ਫਿਰ ਉੱਥੇ ਗੁਰੂ ਨਾਨਕ ਸਾਹਿਬ ਦੀ ਧਰਮਸ਼ਾਲਾ ਦਾ ਵਿੱਦਿਆ ਦਾ ਆਧਾਰ ਵੇਖੋ, ਇੰਨੇ ਵਧੀਆ ਤਰੀਕੇ ਦੇ ਨਾਲ ਉਸ ਹਰੀਪੁਰ ਦੇ ਰਾਜੇ ਦੇ ਨਾਲ ਗੱਲਬਾਤ ਕੀਤੀ ਕਿ ਉਹ ਕਹਿੰਦਾ ਹੈ ਅਸਾਂ ਦਰਸ਼ਨ ਕੀ ਚਾਹ, ਕਹਿੰਦਾ ਹੁਣ ਮੇਰਾ ਜੀ ਕਰਦਾ ਮੈਂ ਵੀ ਗੋਇੰਦਵਾਲ ਸਾਹਿਬ ਜਾਵਾਂ। ਕਿਉਂ ਪ੍ਰਭਾਵਿਤ ਹੋਇਆ? ਗਿਆਨ, ਸ਼ਬਦ, ਗੱਲਬਾਤ ਕਰਨ ਦਾ ਤਰੀਕਾ, ਉਸ ਗੱਲਬਾਤ ਦੇ ਵਿੱਚ ਗਿਆਨ ਦੀ ਰੌਸ਼ਨੀ, ਉਹ ਰਮਜ਼, ਉਹ ਇੰਨਾ ਪ੍ਰਭਾਵਿਤ ਹੋਇਆ ਕਿ ਉਹ ਕਹਿੰਦਾ ਕਿ ਮੈਂ ਵੀ ਉੱਥੇ ਜਾਣਾ। ਹੁਣ ਸਾਵਣ ਮੱਲ ਜੀ ਨੇ ਉੱਥੋਂ ਲੱਕੜਾਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ। ਲੱਕੜਾਂ ਭੇਜਣ ਦਾ ਸਾਧਨ ਸੀ ਕਿ ਬਿਆਸ ਦਰਿਆ ਦੇ 'ਚ ਰੋੜ ਦਿੱਤੀਆਂ ਜਾਂਦੀਆਂ ਸੀ, ਬਿਆਸ ਦਰਿਆ ਦੇ ਕੰਢੇ ਦੇ ਉੱਪਰ ਗੋਇੰਦਵਾਲ ਸਾਹਿਬ ਸੀ, ਇੱਥੋਂ ਲੱਕੜਾਂ ਕੱਢ ਲਈਆਂ ਜਾਂਦੀਆਂ ਸੀ। ਸੋ ਉੱਥੋਂ ਰਾਜੇ ਨੇ ਇਹ ਕਹਿ ਦਿੱਤਾ ਕਿ ਜਿੰਨੀ ਵੀ ਤੁਹਾਨੂੰ ਵਧੀਆ ਲੱਕੜ ਚਾਹੀਦੀ ਹੈ ਉਹ ਮੇਰੇ ਵੱਲੋਂ ਜਾਵੇਗੀ, ਅਤੇ ਉਹਨਾਂ ਉੱਥੇ ਭੇਜਣੀ ਸ਼ੁਰੂ ਕਰ ਦਿੱਤੀ ਅਤੇ ਬਾਬਾ ਸਾਵਣ ਮੱਲ ਉੱਥੇ ਟਿੱਕ ਗਏ। ਸਾਡੇ ਇਤਿਹਾਸਕਾਰ ਤਾਂ ਕਹਿੰਦੇ ਹੈ ਕਿ ਉੱਥੇ ਉਹਨਾਂ ਨੇ ਆਪਣੀ ਪੂਜਾ ਪ੍ਰਤਿਸ਼ਠਾ ਕਰਾਉਣੀ ਵੀ ਸ਼ੁਰੂ ਕਰ ਦਿੱਤੀ ਕਿ ਮੈਂ ਗੁਰੂ ਦੀ ਕੁਲ ਦੇ ਵਿੱਚੋਂ। ਥੋੜ੍ਹੇ ਚਿਰ ਬਾਅਦ ਹੀ ਇਹ ਸਾਰਾ ਉਹਨਾਂ ਦਾ ਗੁਰੂ ਪਾਤਸ਼ਾਹ ਨੇ ਜਦੋਂ ਰਹਿਮਤ ਕਰ ਦਿੱਤੀ ਹੈ ਸਭ ਕੁਝ ਖਤਮ ਹੋ ਗਿਆ, ਦੁਬਾਰਾ ਗੋਇੰਦਵਾਲ ਸਾਹਿਬ ਆ ਗਏ, ਪਰ ਰਾਜਾ ਆਇਆ ਗੁਰੂ ਦੇ ਦਰਬਾਰ ਦੇ ਵਿੱਚ। ਹੁਣ ਰਾਜੇ ਦੀਆਂ ਬਹੁਤ ਸਾਰੀਆਂ ਰਾਣੀਆਂ ਵੀ ਨਾਲ ਨੇ। ਹੁਣ ਉਹਨਾਂ ਨੇ ਆਪਣੀ ਪਰੰਪਰਾ ਦੇ ਅਨੁਸਾਰ ਘੁੰਡ ਕੱਢੇ ਹੋਏ ਨੇ ਜਦੋਂ ਦਰਬਾਰ ਦੇ ਵਿੱਚ ਆਈਆਂ, ਅਤੇ ਕੁਝ ਇੱਕ ਇਵੇਂ ਦੀਆਂ ਨੇ ਜਿਹੜੀਆਂ ਕਮਸਿਨ ਉਮਰ ਦੀਆਂ ਨੇ, ਛੋਟੀ ਉਮਰ ਦੀਆਂ ਨੇ, ਉਹਨਾਂ ਨੇ ਬਸਤਰ ਬੜੇ ਭੜਕੀਲੇ ਜੇ ਪਾਏ ਹੋਏ ਨੇ। ਹੁਣ ਇਹ ਦੋਵੇਂ ਗੱਲਾਂ ਸਾਹਮਣੇ ਨੇ। ਹੁਣ ਗੁਰੂ ਪਾਤਸ਼ਾਹ ਦਾ ਜਿਹੜਾ ਉਪਦੇਸ਼ ਹੈ ਉਹ ਦਰਬਾਰ ਦੇ ਵਿੱਚ ਆਈਆਂ, ਅਤੇ ਮੇਰੇ ਗੁਰੂ ਪਾਤਸ਼ਾਹ ਕੀ ਕਹਿੰਦੇ ਨੇ? ਗੁਰੂ ਪਾਤਸ਼ਾਹ ਕਹਿੰਦੇ ਨੇ, ਆਵੋ ਬਸਤਰ ਸ਼ਵੇਤ ਕਰ ਧਾਰਨ, ਮੁੱਖ ਕੋ ਨਾਹੀ ਛਪਾਵੇ ਕੋਵੇ। ਗੁਰੂ ਦਰਬਾਰ ਦੇ ਵਿੱਚ ਆਓ, ਸਾਫ਼ ਸੁਥਰੇ ਬਸਤਰ ਹੋਣ, ਨੈਤਿਕਤਾ ਵਾਲੇ ਹੋਣ, ਮੂੰਹ ਨੂੰ ਛਪਾਉਣ ਦੀ ਲੋੜ ਨਹੀਂ, ਕਿਉਂਕਿ ਇੱਥੇ ਸਰੀਰਾਂ ਦੀ ਗੱਲ ਨਹੀਂ ਹੋ ਰਹੀ, ਇੱਥੇ ਸਰੀਰਾਂ ਦੀ ਗੱਲ ਨਹੀਂ ਹੋ ਰਹੀ। ਉੱਥੇ ਇੱਕ ਹੋਰ ਘਟਨਾ ਵਾਪਰੀ ਜਿਹਨੂੰ ਇੱਕ ਹੋਰ ਰੂਪ 'ਚ ਲਿਆ ਜਾ ਰਿਹਾ। ਵੈਸੇ ਮੈਨੂੰ ਬਹੁਤ ਜ਼ਿਆਦਾ ਖੋਲ੍ਹ ਨਹੀਂ ਸਕਦਾ, ਮੈਂ ਵੀਰ ਜੀ ਸੇਵਕ ਸਿੰਘ ਹੁਣਾਂ ਦੇ ਨਾਲ ਵੀ ਗੱਲ ਕਰ ਰਿਹਾ ਸੀ, ਪਰ ਜਦੋਂ ਤੁਸੀਂ ਐਪਿਕ ਦੇ ਪਲੋਟ ਵੇਖਦੇ ਹੋ, ਜਦੋਂ ਤੁਸੀਂ ਲੋਕ ਕਥਾਵਾਂ ਵੇਖਦੇ ਹੋ ਜਿਨ੍ਹਾਂ 'ਚ ਯੂਸਫ ਜਲੈਖਾਂ ਵੀ ਆ ਜਾਂਦੀ ਹੈ, ਜਿਨ੍ਹਾਂ ਦੇ 'ਚ ਪੂਰਨ ਅਤੇ ਲੂਣਾ ਵੀ ਆ ਜਾਂਦੀ ਹੈ, ਕਿ ਜਿਨ੍ਹਾਂ ਸਮੇਂ ਦੇ 'ਚ ਵਡੇਰੀ ਉਮਰ ਦੇ ਮਰਦ ਜਿਹੜੇ ਸੀਗੇ ਉਹ ਆਪਣੀ ਤਾਕਤ ਦੇ ਨਾਲ ਛੋਟੀ ਉਮਰ ਦੀਆਂ ਲੜਕੀਆਂ ਨੂੰ ਆਪਣੇ ਹਰਮ 'ਚ ਰੱਖਦੇ ਸੀ, ਤਾਂ ਕੁਦਰਤੀ ਤੌਰ 'ਤੇ ਮਾਨਸਿਕ ਰੋਗੀ ਹੋ ਜਾਂਦੀਆਂ ਸੀ, ਕਿਉਂਕਿ ਜਿਸ ਨਾਲ ਵਿਆਹ ਦਿੱਤਾ ਜਾਂਦਾ ਸੀ ਉਹ ਉਹਦੀ ਉਮਰ ਦੇ ਅਨੁਕੂਲ ਨਹੀਂ ਸੀ ਹੁੰਦਾ।
ਹੁਣ ਸਾਡੇ ਇਤਿਹਾਸਕ ਸਰੋਤ ਕੀ ਕਹਿੰਦੇ ਨੇ, ਕਹਿੰਦੇ ਕਿ ਉਹਨਾਂ ਦੇ ਵਿੱਚੋਂ ਇੱਕ ਰਾਣੀ ਦੀਆਂ ਹਰਕਤਾਂ ਇਵੇਂ ਦੀਆਂ ਸੀ, ਬਹੁਤ ਛੋਟੀ ਉਮਰ ਦੀਆਂ, ਅਤੇ ਪਾਤਸ਼ਾਹ ਨੇ ਕਹਿ ਦਿੱਤਾ ਇਹ ਕਮਲੀ ਹੈ। ਉਹ ਕਮਲੀ ਉਹ ਦਰਬਾਰ ਦੇ ਵਿੱਚੋਂ ਵੀ ਚਲੀ ਗਈ। ਹੁਣ ਗੁਰੂ ਪਾਤਸ਼ਾਹ ਰਾਜੇ ਨੂੰ ਕਹਿੰਦੇ ਨੇ ਕਿ ਇਹ ਕਮਲੀ ਹੋ ਗਈ, ਤੂੰ ਜਾ, ਉਹਨੂੰ ਉੱਥੇ ਛੱਡ ਜਾਂਦਾ, ਉਹ ਦਰਬਾਰ ਦੇ ਬਾਹਰ ਹੈ। ਉਹਦਾ ਫਿਰ ਵਿਆਹ ਕਿਹਦੇ ਨਾਲ ਕਰਦੇ ਨੇ? ਭਾਈ ਸੱਚਣ ਸੱਚ ਦੇ ਨਾਲ। ਭਾਈ ਸੱਚਣ ਸੱਚ ਦੇ ਨਾਲ ਵਿਆਹ ਕਰਾ ਕੇ ਫਿਰ ਉਸ ਨੂੰ ਬਕਾਇਦਾ ਤੌਰ 'ਤੇ ਮੰਜੀ ਦੀ ਬਖਸ਼ਿਸ਼ ਕੀਤੀ ਜਾਂਦੀ। ਇਹਦਾ ਕਾਰਨ ਕੀ ਸੀ ਕਿ ਜਦੋਂ ਉਹ ਧੱਕੇ ਦੇ ਨਾਲ ਹਰਮ ਦੇ ਵਿੱਚ ਰੱਖੀ ਹੋਈ ਸੀ ਤਾਂ ਕੁਦਰਤੀ ਉਹਨੂੰ ਵੀ ਜੀਵਨ ਦਾ ਅਧਿਕਾਰ ਹੈ ਕਿ ਉਹ ਚੰਗੀ ਜ਼ਿੰਦਗੀ ਜੀ ਸਕੇ। ਸੋ ਜਿਹੜੇ ਮੈਂ ਐਪਿਕ ਪਲੋਟਸ ਦੀ ਗੱਲ ਕੀਤੀ ਆ, ਤੁਸੀਂ ਬਹੁਤ ਸਾਰੇ, ਮੈਂ ਕਿਤੇ ਕੁਰਾਨ ਦੇ ਵਿੱਚ ਵੀ ਸੂਰਾ ਯੂਸਫ ਆਉਂਦੀ ਹੈ, ਉੱਤੋਂ ਲੈ ਕੇ ਹੋਰ ਸਾਰੀਆਂ ਬਹੁਤ ਸਾਰੀਆਂ ਸਾਡੀਆਂ ਪਰੰਪਰਾਵਾਂ ਨੇ, ਤਕਰੀਬਨ ਦੁਨੀਆ ਦੇ ਹਰ ਦੇਸ਼ ਦੇ ਵਿੱਚ ਪਰੰਪਰਾਵਾਂ ਨੇ ਇਵੇਂ ਦੀਆਂ, ਜਿਨ੍ਹਾਂ ਦੇ ਵਿੱਚੋਂ ਤੁਹਾਨੂੰ ਇਵੇਂ ਦੀਆਂ ਮਿੱਥ ਕਹਾਣੀਆਂ ਜਾਂ ਇਵੇਂ ਦੀਆਂ ਸੱਭਿਆਚਾਰ ਕਹਾਣੀਆਂ ਵੇਖਣ ਨੂੰ ਮਿਲ ਸਕਦੀਆਂ ਨੇ। ਪਰ ਗੁਰਦੇਵ ਪਾਤਸ਼ਾਹ ਨੇ ਬਖਸ਼ਿਸ਼ ਇਹ ਕੀਤੀ ਕਿ ਵੇਖ ਲਿਆ ਕਿ ਇਹ ਮਨੋਰੋਗੀ ਹੈ, ਇਹਦੇ ਮਨੋਰੋਗ ਦਾ ਕਾਰਨ ਕੀ ਹੈ, ਅਤੇ ਉਹਨੂੰ ਉਹਦੀ ਉਮਰ ਦੇ ਲੜਕੇ ਦੇ ਨਾਲ ਉਹਦਾ ਜਿਹੜਾ ਸੀ ਵਿਆਹ ਕਰ ਦਿੱਤਾ, ਜਿਸ ਨੂੰ ਅਸੀਂ ਭਾਈ ਸੱਚਣ ਸੱਚ ਦੇ ਨਾਮ ਦੇ ਨਾਲ ਜਾਣਦੇ ਹਾਂ। ਹੁਣ ਉਹ ਤੋਂ ਵੱਡੀ ਅਹਿਮ ਗੱਲ ਜਿਹੜੀ ਹੈ ਉਹ ਵਾਪਰਦੀ ਹੈ ਕਿ ਦਰਬਾਰ ਦੇ ਵਿੱਚ ਇੱਕ ਕੋਹੜੀ ਆ ਕੇ ਬਹਿ ਜਾਂਦਾ। ਦਰਬਾਰ ਦੇ ਵਿੱਚ ਇੱਕ ਕੋਹੜੀ ਆ ਕੇ ਬੈਠ ਗਿਆ, ਸਰੀਰ ਕੋਹੜ ਦੇ ਨਾਲ ਭਰਿਆ ਹੋਇਆ। ਹੁਣ ਗੁਰੂ ਪਾਤਸ਼ਾਹ ਉੱਥੇ ਜਿੱਥੇ ਨਾਮ ਦੀ ਦਾਤ ਦਿੰਦੇ ਨੇ, ਉੱਥੇ ਨਾਲ ਦੇ ਨਾਲ ਗੁਰੂ ਪਾਤਸ਼ਾਹ ਨੇ ਬੜੇ ਵਧੀਆ ਪੱਧਰ ਦੇ ਵੈਦ ਵੀ ਰੱਖੇ ਹੋਏ ਨੇ, ਜਿਹਦਾ ਹਵਾਲਾ ਸਾਨੂੰ ਕਿੱਥੋਂ ਮਿਲਦਾ ਹੈ? ਇਹਦਾ ਹਵਾਲਾ ਸਾਨੂੰ ਇੱਥੋਂ ਮਿਲਦਾ ਹੈ ਕਿ ਜਦੋਂ ਗੋਇੰਦਵਾਲ ਸਾਹਿਬ ਬੌਲੀ ਤਿਆਰ ਕੀਤੀ ਗਈ। ਬੌਲੀ ਅਤੇ ਖੂਹ ਦਾ ਅੰਤਰ ਤੁਸੀਂ ਸਮਝਦੇ ਹੋਵੋਗੇ ਕਿ ਨਹੀਂ ਸਮਝਦੇ ਜੀ? ਖੂਹ ਬਿਲਕੁਲ ਸਿੱਧਾ ਹੁੰਦਾ ਹੈ, ਪਾਣੀ ਭਰਨ ਵਾਸਤੇ, ਕੱਢਣ ਵਾਸਤੇ, ਪੀਣ ਜਾਂ ਨਹਾਉਣ ਵਾਸਤੇ ਬਾਹਰ ਪਾਣੀ ਲਿਆ ਜਾਂਦਾ। ਬੌਲੀ ਦੇ ਵਿੱਚ ਪੌੜੀਆਂ ਹੁੰਦੀਆਂ ਨੇ, ਸਿੱਧਾ ਤਲ 'ਤੇ ਤਰਿਆ ਜਾਂਦਾ। ਇਹਦਾ ਮੁੱਖ ਪ੍ਰਯੋਜਨ ਨਹਾਉਣਾ ਹੁੰਦਾ। ਵੈਸੇ ਗੋਇੰਦਵਾਲ ਸਾਹਿਬ ਦੇ ਕੋਲ ਪਾਣੀ ਦੀ ਕਮੀ ਨਹੀਂ ਸੀ, ਬਿਆਸ ਦੇ ਕੰਢੇ ਦੇ ਉੱਪਰ ਸੀ। ਉਹਨਾਂ ਸਮਿਆਂ ਦੇ ਵਿੱਚ ਤਾਂ ਬੁੱਕ ਦੇ ਨਾਲ ਰੇਤ ਕੱਢੀਏ ਅਤੇ ਥੱਲਿਓ ਸਾਫ਼ ਪਾਣੀ ਆ ਜਾਂਦਾ ਸੀ। ਖੋਜੇ ਪਿੰਡ ਦੇ ਵਿੱਚ ਬਹੁਤ ਸੀ ਗੋਇੰਦਵਾਲ ਸਾਹਿਬ ਦੇ ਵਿੱਚ, ਉਹਨਾਂ ਦੇ ਘਰਾਂ 'ਚ ਪੀਣ ਵਾਲੇ ਖੂਹ ਵੀ ਬਹੁਤ ਸੀ, ਪਰ ਜਾਤੀ ਪ੍ਰਥਾ ਨੂੰ ਤੋੜਨਾ ਜ਼ਰੂਰੀ ਸੀ ਔਰ ਉਸ ਨੂੰ ਤੋੜ ਕੇ ਸੰਸਾਰ ਪੱਧਰ ਦੇ ਉੱਪਰ ਇਹ ਦਰਸਾਉਣਾ ਜ਼ਰੂਰੀ ਸੀ ਕਿ ਜਾਤ ਪਾਤ ਜਿਹੜੀ ਤੁਸੀਂ ਕਹਿੰਦੇ ਹੋ ਕਿ ਇਸ ਉੱਚ ਜਾਤੀ ਦੇ ਖੂਹ ਤੋਂ ਨੀਵੀਂ ਜਾਤੀ ਦਾ ਨਹੀਂ ਨਹਾ ਸਕਦਾ, ਜਾਂ ਫਿਰ ਨੀਵੀਂ ਜਾਤੀ ਦਾ ਪਾਣੀ ਨਹੀਂ ਪੀ ਸਕਦਾ, ਜਾਂ ਫਿਰ ਵਹਿੰਦੇ ਪਾਣੀ ਦੇ ਵਿੱਚ ਚੜ੍ਹਦੇ ਪਾਸੇ ਨੀਵੀਂ ਜਾਤੀ ਦਾ ਨਹੀਂ ਨਹਾ ਸਕਦਾ। ਸਾਰੇ ਬੰਧਨ ਤੋੜਨੇ ਸੀ, ਬੌਲੀ ਦੀ ਸਥਾਪਨਾ ਕਰਕੇ ਪੌੜੀਆਂ ਬਣਾ ਦਿੱਤੀਆਂ ਔਰ ਇਹ ਕਹਿ ਦਿੱਤਾ ਗਿਆ ਕਿ ਇੱਥੇ ਕੋਈ ਵੀ ਇਸ਼ਨਾਨ ਕਰ ਸਕਦਾ। ਹੁਣ ਜਿਹੜੇ ਉਹਨਾਂ ਸਮਿਆਂ ਦੇ ਵਿੱਚ ਰੋਗ ਹੁੰਦੇ ਸੀ, ਉਹਨਾਂ ਦਾ ਵੱਡਾ ਕਾਰਨ ਸੀ ਜਿਹੜਾ ਸਫਾਈ ਨਾ ਰਹਿਣੀ। ਹੁਣ ਗੁਰੂ ਪਾਤਸ਼ਾਹ ਨੇ ਉੱਥੇ ਸਿਸਟਮ ਹੀ ਇਵੇਂ ਦਾ ਸਿਰਜਿਆ। ਮੈਂ ਕਨ੍ਹੱਈਆ ਲਾਲ ਦੀ ਤਰੀਖੇ ਪੰਜਾਬ ਪੜ੍ਹ ਰਿਹਾ ਸੀ, ਤੁਸੀਂ ਹੈਰਾਨ ਹੋ ਜਾਓਗੇ। ਕਹਿੰਦਾ ਕਰਤਾਰਪੁਰ ਦਾ ਮਾਡਲ ਸਮਝੋ, ਕਹਿੰਦਾ ਕਰਤਾਰਪੁਰ ਨੂੰ ਵੇਖੋ, ਉਹਨਾਂ ਸਮਿਆਂ ਦੇ ਵਿੱਚ ਲੋਕਾਂ ਦੇ ਵਾਸਤੇ ਬਾਹਰ ਪਖਾਨੇ ਬਣੇ ਸੀ, ਟੋਇਲਟਸ। ਕਨ੍ਹੱਈਆ ਲਾਲ ਤਰੀਖੇ ਪੰਜਾਬ 'ਚ ਲਿਖਦਾ, ਪੜ੍ਹ ਕੇ ਵੇਖਿਓ ਕਿਤੇ, ਮੈਂ ਹੈਰਾਨ ਰਹਿ ਗਿਆ। ਹੁਣ ਗੁਰੂ ਪਾਤਸ਼ਾਹ ਨੇ ਜਿਹੜਾ ਉੱਥੇ ਨਗਰ ਵਸਾ ਕੇ ਮਾਡਲ ਸਿਰਜਿਆ, ਉਹਦੇ 'ਚ ਸਫਾਈ ਅਤੇ ਸਪਸ਼ਟਤਾ ਹੀ ਇੰਨੀ ਸੀ, ਉਹਦੇ ਵਿੱਚ ਗੰਦਗੀ ਨਾਂ ਦੀ ਕੋਈ ਚੀਜ਼ ਨਹੀਂ ਸੀ, ਕੁਦਰਤੀ ਲੋਕ ਬਿਮਾਰੀਆਂ ਤੋਂ ਦੂਰ ਸੀ। ਜਦੋਂ ਇਸ ਬੌਲੀ ਨੂੰ ਪੁੱਟਿਆ ਜਾ ਰਿਹਾ ਅਤੇ ਇੱਕ ਆਖਰੀ ਪੜਾਅ ਹੁੰਦਾ, ਉਹਨੂੰ ਪੰਜਾਬੀ 'ਚ ਕਹਿੰਦੇ ਅਸੀਂ ਕੜ, ਜਦੋਂ ਥੱਲੇ ਪਾਣੀ ਹੁੰਦਾ, ਉੱਪਰ ਜ਼ਮੀਨ ਦੀ ਬੜੀ ਪਤਲੀ ਤਹਿ ਰਹਿ ਜਾਂਦੀ ਹੈ ਅਤੇ ਜਦੋਂ ਉਹ ਟੁੱਟਦੀ ਹੈ ਪਾਣੀ ਬੜੇ ਪ੍ਰੈਸ਼ਰ ਨਾਲ ਉੱਪਰ ਆਉਂਦਾ। ਕੜ ਟੁੱਟਾ ਹੈ ਵਿਸਾਖੀ ਵਾਲੇ ਦਿਨ, ਵਿਸਾਖੀ ਵਾਲੇ ਦਿਨ ਜਦੋਂ ਕੜ ਟੁੱਟਾ, ਉਹਦਾ ਪ੍ਰੈਸ਼ਰ ਇੰਨਾ ਸੀ ਕਿ ਭਾਈ ਮਾਣਕ ਚੰਦ ਵੈਰੋਵਾਲ ਦੇ ਰਹਿਣ ਵਾਲੇ ਸੀ, ਭਾਈ ਵੈਰੋਵਾਲ ਜਿਹੜੇ ਸੀ ਉਹ ਪਾਣੀ 'ਚ ਡੁੱਬ ਗਏ। ਮਾਂ ਬਾਹਰ ਰੋਂਦੀ ਹੈ, ਮੇਰਾ ਪੁੱਤਰ ਬਾਹਰ ਨਹੀਂ ਆਇਆ, ਅਤੇ ਪਾਤਸ਼ਾਹ ਕੀ ਕਹਿੰਦੇ, ਪੁੱਤ ਦਾ ਨਾਂ ਕੀ ਹੈ?
ਕਹਿੰਦੀ ਮਾਣਕ ਅਤੇ ਪਾਤਸ਼ਾਹ ਕਹਿੰਦੇ ਮਾਣਕ ਵੀ ਕਦੀ ਡੁੱਬਦੇ ਨਹੀਂ, ਉਹ ਤਾਂ ਉੱਭਰ ਜਾਂਦੇ ਨੇ, ਇੰਨੇ ਚਿਰ ਨੂੰ ਮਾਣਕ ਜਿਹੜਾ ਤਰਕੇ ਪਾਣੀ ਦੇ ਉੱਪਰ ਹੈ, ਉਹਨੂੰ ਬਾਹਰ ਕਢਾਇਆ ਗਿਆ, ਉਹਦਾ ਇਲਾਜ ਕਰਾਇਆ ਗਿਆ। ਇਹਦਾ ਮਤਲਬ ਕਿ ਗੁਰੂ ਸਾਹਿਬ ਨੇ ਉੱਥੇ ਉਹਨਾਂ ਸਮਿਆਂ ਦੇ ਵਿੱਚ ਬਹੁਤ ਵਧੀਆ ਸਿਹਤ ਪ੍ਰਣਾਲੀ ਨੂੰ ਸਿਰਜਿਆ, ਔਰ ਇਹ ਸਾਡੇ ਰਿਹਾ। ਆ ਤੁਸੀਂ ਵੇਖੋ, ਅੱਜ ਕੋਈ ਬਿਮਾਰ ਹੋ ਜਾਂਦਾ ਨਾ ਪੰਜਾਬ 'ਚ, ਅਸੀਂ ਭੱਜਦੇ ਹਾਂ ਦਿੱਲੀ ਵੱਲ ਨੂੰ, ਅਤੇ ਜਦੋਂ ਦਿੱਲੀ ਦੀ ਬਾਦਸ਼ਾਹ ਦਾ ਪੁੱਤ ਬਿਮਾਰ ਹੁੰਦਾ, ਸ਼ਾਹਜਹਾਂ ਦੀ ਬੇਗਮ ਮੁਮਤਾਜ਼ ਜਿਸ ਦੀ ਯਾਦ ਵਿੱਚ ਤਾਜ ਮਹਿਲ ਬਣਿਆ ਹੋਇਆ, ਉਸ ਦੇ ਪੁੱਤਰ ਔਰੰਗਜ਼ੇਬ ਦੇ ਵੱਲੋਂ ਆਪਣੇ ਛੋਟੇ ਭਰਾ ਦਾਰਾ ਸ਼ਿਕੋਹ ਨੂੰ ਸ਼ੇਰ ਦੀ ਮੁੱਛ ਦਾ ਵਾਲ ਖਵਾ ਦਿੱਤਾ ਜਾਂਦਾ ਹੈ, ਉਹਦੇ ਨਾਲ ਜਿਸ ਨੂੰ ਅਸੀਂ ਪਾਰਾ ਕਹਿ ਦਿੰਦੇ ਹਾਂ, ਲੈਡ ਐਸੀਟੇਟ ਜਾਂ ਫਿਰ ਸੰਖੀਆ ਕਹਿ ਦਿੰਦੇ, ਆਰਸੈਨਿਕ, ਉਹ ਦੇ ਦਿੱਤਾ ਜਾਂਦਾ, ਉਹ ਬਿਮਾਰ ਹੋ ਜਾਂਦਾ, ਉਹਦਾ ਕਿਤੇ ਇਲਾਜ ਨਹੀਂ ਹੁੰਦਾ। ਅਖੀਰ ਜਿਹੜੇ ਦਿੱਲੀ ਦੇ ਵੈਦ ਨੇ ਉਹਨਾਂ ਦੇ ਨਾਲ ਰਾਜਾ ਸਲਾਹ ਕਰਦਾ ਕਿ ਇਲਾਜ ਹੋਵੇ ਕਿੱਥੋਂ ਜਿੱਥੇ ਮੇਰਾ ਪੁੱਤ ਠੀਕ ਹੋਵੇ। ਉਹ ਕਹਿੰਦੇ ਦਾਰਾ ਸ਼ਿਕੋਹ ਜੇ ਠੀਕ ਹੋ ਸਕਦਾ ਤਾਂ ਕੀਰਤਪੁਰ ਸਾਹਿਬ ਤੋਂ ਠੀਕ ਹੋ ਸਕਦਾ। ਹੁਣ ਕੀਰਤਪੁਰ ਸਾਹਿਬ ਚਾਰ ਇਹਨਾਂ ਦੇ ਜਿਹੜੇ ਅਹਿਮ ਵੈਦ ਜਾਂਦੇ ਨੇ, ਅਤੇ ਗੁਰੂ ਪਾਤਸ਼ਾਹ ਦੇ ਕੋਲੋਂ ਚਿੱਟਾ ਲੌਂਗ, ਗਜ ਮੋਤੀ, ਹਰੜ ਇਹ ਚੀਜ਼ਾਂ ਲੈ ਕੇ ਆਉਂਦੇ ਨੇ, ਅਤੇ ਜਿਨ੍ਹਾਂ ਨੂੰ ਪੀਸ ਇੱਕ ਦਵਾਈ ਤਿਆਰ ਕੀਤੀ ਜਾਂਦੀ ਹੈ, ਅਤੇ ਹਿੰਦੁਸਤਾਨ ਦੇ ਬਾਦਸ਼ਾਹ ਦਾ ਪੁੱਤ ਠੀਕ ਹੁੰਦਾ। ਇਹਦਾ ਮਤਲਬ ਉਹਨਾਂ ਸਮਿਆਂ 'ਚ ਗੁਰੂ ਪਾਤਸ਼ਾਹ ਨੇ ਸਿਹਤ ਸੇਵਾਵਾਂ ਦਾ ਕਿੱਡਾ ਵੱਡਾ ਪ੍ਰਬੰਧ ਸਿਰਜ ਦਿੱਤਾ ਕਿ ਦਿੱਲੀ ਦੇ ਪਾਤਸ਼ਾਹ ਦਾ ਪੁੱਤ ਬਿਮਾਰ ਹੁੰਦਾ ਅਤੇ ਦਵਾਈ ਗੁਰੂ ਘਰ 'ਚੋਂ ਲੈਣ ਜਾਣਾ ਪੈਂਦਾ। ਸੋ ਗੋਇੰਦਵਾਲ ਸਾਹਿਬ ਵੀ ਸਾਡਾ ਇਹੀ ਮਾਡਲ ਸੀ, ਉਹ ਸੇਵਾ ਦੇ ਵਿੱਚੋਂ ਨਿਕਲਿਆ ਹੋਇਆ ਇਵੇਂ ਦਾ ਮਾਡਲ ਸੀ ਕਿ ਜਿੱਥੇ ਗੁਰੂ ਪਾਤਸ਼ਾਹ ਨੇ ਜਾਤ ਪਾਤ ਦੇ ਸਾਰੇ ਬੰਧਨ ਤੋੜ ਦਿੱਤੇ। ਵੈਸੇ ਇੱਕ ਗੱਲ ਦੱਸਾਂ, ਕੁਝ ਸਾਡੇ ਸਰੋਤਾਂ 'ਚ ਆਉਂਦਾ ਕਿ ਜਿਸ ਦਿਨ ਬੌਲੀ ਦਾ ਕੜ ਟੁੱਟਿਆ ਉਸ ਦਿਨ ਚਿਤੌੜ ਗੜ੍ਹ ਦਾ ਕਿਲ੍ਹਾ ਜਿੱਤਿਆ ਗਿਆ। ਇਹ ਗੱਲ ਬਿਲਕੁਲ ਗਲਤ ਜੇ। ਅਕਬਰ ਨੇ ਚਿਤੌੜਗੜ੍ਹ ਦਾ ਕਿਲ੍ਹਾ 1567 'ਚ ਜਿੱਤਿਆ, ਅਤੇ ਜਿਹੜਾ ਕੜ ਹੈ ਉਹ ਤਕਰੀਬਨ 1556 ਜਾਂ 1554 ਸਾਨੂੰ ਟੁੱਟਣ ਦੇ ਸੰਕੇਤ ਮਿਲਦੇ ਨੇ ਇਤਿਹਾਸਕਾਰਾਂ ਦੀ ਸੰਨ ਨੂੰ ਲੈ ਕੇ ਰਾਏ ਵੱਖ ਵੱਖ ਹੈ। ਇਸੇ ਤਰ੍ਹਾਂ ਦੇ ਨਾਲ ਜਦੋਂ ਕੜ ਟੁੱਟਦਾ ਹੈ, ਭਾਈ ਮਾਣਕ ਚੰਦ ਜਦੋਂ ਨਿਬਰ ਜਾਂਦਾ ਹੈ ਤਾਂ ਉਹਨੂੰ ਵੀ ਬਕਾਇਦਾ ਤੌਰ ਦੇ ਉੱਪਰ ਮੰਜੀ ਦੀ ਬਖਸ਼ਿਸ਼ ਕੀਤੀ ਜਾਂਦੀ ਹੈ। ਹੁਣ ਇਹ ਜਿਹੜੀਆਂ ਬਖਸ਼ਿਸ਼ਾਂ ਕੀਤੀਆਂ ਗੁਰੂ ਸਾਹਿਬ ਨੇ, ਅਸੀਂ ਕਿੰਨੇ 22 ਮੰਜੀਆਂ ਦੀ ਸਥਾਪਨਾ ਕੀਤੀ। ਫਿਰ ਸਾਡੇ ਕਈ ਵਿਦਵਾਨ ਇਹ ਕਹਿ ਦਿੰਦੇ ਨੇ ਕਿ ਜਿਸ ਤਰ੍ਹਾਂ ਅਕਬਰ ਨੇ ਆਪਣੇ 22 ਸੂਬੇ ਵੰਡੇ ਸੀ, ਇਸੇ ਤਰ੍ਹਾਂ ਗੁਰੂ ਪਾਤਸ਼ਾਹ ਨੇ ਉਹਦੀ ਤਰਜ਼ ਦੇ ਉੱਪਰ ਮੰਜੀਆਂ ਸਥਾਪਿਤ ਕਰ ਦਿੱਤੀਆਂ। ਪਰ ਨਹੀਂ, ਗੁਰੂ ਪਾਤਸ਼ਾਹ ਨੇ ਪਹਿਲੀ ਮੰਜੀ 1554 ਦੇ ਵਿੱਚ ਬਖਸ਼ਿਸ਼ ਕਰ ਦਿੱਤੀ, ਅਕਬਰ ਨੇ 1580 ਦੇ ਵਿੱਚ ਆਪਣੇ ਸੂਬਾਈ ਵੰਡ ਕੀਤੀ। ਸੋ ਇਹ ਤਾਂ ਹੋ ਸਕਦਾ ਕਿ ਇਹ ਢਾਂਚਾ ਸਾਡੇ ਢਾਂਚੇ ਦੇ ਵਿੱਚੋਂ ਆਇਆ ਹੋਵੇ, ਪਰ ਅਸੀਂ ਦੂਜਿਆਂ ਢਾਂਚਿਆਂ ਦੇ ਵਿੱਚੋਂ ਆਪਣਾ ਢਾਂਚਾ ਲੱਭਣ ਦੀ ਯਤਨ ਕਰ ਰਹੇ ਹਾਂ। ਮੈਂ ਆਰੰਭ 'ਚ ਕਿਹਾ ਸੀ, ਆਪਣੇ ਧਰਮ ਦੀ, ਆਪਣੇ ਇਤਿਹਾਸ ਦੀ, ਆਪਣੀ ਗੁਰਮਤਿ ਵਿਚਾਰਧਾਰੀ ਦੀ, ਆਪਣੀ ਵਿਆਖਿਆ ਪ੍ਰਣਾਲੀ ਦੇ ਵਿੱਚੋਂ, ਗੁਰੂ ਦੀ ਬਖਸ਼ਿਸ਼ ਵਾਲੀ ਅੱਖ ਦੇ ਵਿੱਚੋਂ ਵੇਖਣ ਦਾ ਯਤਨ ਕਰੀਏ। ਬਹੁਤ ਵੱਡੀ ਪਰੰਪਰਾ ਸੀ ਇਹਦੇ ਤੋਂ ਬਾਅਦ ਪੀੜ੍ਹੇ। ਕੁਛ ਇਤਿਹਾਸਕਾਰਾਂ ਦਾ ਮੱਤ ਹੈ 52, ਕੁਛ ਦਾ ਮੱਤ ਹੈ 72। ਇਹਦੇ ਉੱਪਰ ਬਹੁਤ ਸਾਰੇ ਥੀਸਿਸ ਨੇ, ਤੁਹਾਨੂੰ ਮੇਰੇ ਕੋਲ ਵੀ ਪਏ ਨੇ, ਮਿਲ ਜਾਣਗੇ। ਸੋ ਇਹ ਜਿਹੜਾ ਢਾਂਚਾ ਸਿਰਜਿਆ ਗਿਆ ਕਿੰਨਾ ਅਹਿਮ ਸੀ ਕਿ ਜਿੱਥੇ ਜਿੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸੰਗਤਾਂ ਦੀ ਸਥਾਪਨਾ ਕੀਤੀ, ਉੱਥੇ ਉੱਥੇ ਮੰਜੀ ਦੀ ਸਥਾਪਨਾ ਕਰ ਦਿੱਤੀ ਗਈ, ਕਿ ਇੱਕ ਪ੍ਰਚਾਰਕ ਨਿਯੁਕਤ ਕਰ ਦਿੱਤਾ ਗਿਆ ਕਿ ਜਿਹੜਾ ਉਹਨਾਂ ਤੱਕ ਸਿੱਖੀ ਦੀ ਗੱਲਬਾਤ ਲੈ ਕੇ ਜਾਵੇਗਾ, ਅਤੇ ਉਹਨਾਂ ਦੀ ਕਾਰ ਭੇਟਾ, ਅਤੇ ਜਾਂ ਵੀ ਉਹਨਾਂ ਦੀ ਜਿਹੜੀ ਗੁਰੂ ਪਾਤਸ਼ਾਹ ਦੇ ਦਰ ਪਹੁੰਚਣ ਵਾਲੀ ਕਾਰ ਭੇਟਾ, ਰਸਤ ਜਾਂ ਕੋਈ ਅਰਦਾਸ ਹੈ, ਉਹ ਗੁਰੂ ਪਾਤਸ਼ਾਹ ਕੋਲ ਲੈ ਕੇ ਜਾਵੇਗਾ, ਉਹਨਾਂ ਦੀ ਕਿਸੇ ਮੰਗ ਨੂੰ ਲੈ ਕੇ ਜਾਵੇਗਾ। ਸੋ ਗੁਰਦੇਵ ਪਾਤਸ਼ਾਹ ਨੇ ਜਿਹੜਾ ਇਹ ਸਿਸਟਮ ਸਿਰਜਿਆ, ਉਹ ਆਪਣੇ ਸਮੇਂ ਦੇ ਵਿੱਚ ਬਹੁਤ ਅਹਿਮ ਸਿਸਟਮ ਸੀ। ਬੌਲੀ ਦਾ ਕੜ ਟੁੱਟਿਆ, ਬੌਲੀ ਦੀ ਰਚਨਾ ਹੋਈ। ਇਸ ਸਾਰੇ ਵਰਤਾਰੇ ਦੇ ਵਿੱਚ ਜਿੰਨਾ ਚਿਰ ਗੁਰੂ ਪਾਤਸ਼ਾਹ ਗੋਇੰਦਵਾਲ ਸਾਹਿਬ ਰਹੇ ਨੇ, ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਉਹ ਬੜੀਆਂ ਅਹਿਮ ਨੇ। ਪਹਿਲੀ ਗੱਲ ਤਾਂ ਹੈ ਅਕਬਰ ਦਾ ਆਉਣਾ। ਹੁਣ ਅਕਬਰ ਪ੍ਰਭਾਵਿਤ ਕਿਉਂ ਹੈ, ਅਕਬਰ ਗੋਇੰਦਵਾਲ ਸਾਹਿਬ ਕਿਉਂ ਆ ਰਿਹਾ?
ਅਕਬਰ ਇਸ ਕਰਕੇ ਪ੍ਰਭਾਵਿਤ ਹੈ ਅਤੇ ਗੋਇੰਦਵਾਲ ਸਾਹਿਬ ਆ ਰਿਹਾ ਹੈ ਕਿਉਂਕਿ ਉਸ ਨੇ ਗੁਰੂ ਰਾਮਦਾਸ ਜਿਹੜੇ ਉਦੋਂ ਬਾਬਾ ਜੇਠਾ ਜੀ ਨੇ ਉਹਨਾਂ ਦੇ ਕੋਲੋਂ ਸਿੱਖੀ ਦੀ ਅਹਿਮੀਅਤ ਨੂੰ ਸਮਝਿਆ। ਹੁਣ ਜਦੋਂ ਅਕਬਰ ਆਉਂਦਾ ਤਾਂ ਅਸੂਲ ਉਹਦੇ ਵਾਸਤੇ ਵੀ ਬਰਾਬਰ ਹੈ ਕਿ ਪਹਿਲੇ ਪੰਗਤ ਪਾਸ਼ੇ ਸੰਗਤ। ਹੁਣ ਇਸ ਗੱਲ ਨੂੰ ਸਮਝੋ, ਪੰਗਤ ਸ਼ਬਦ ਅਸੀਂ ਬਹੁਤ ਵਾਰੀ ਜਦੋਂ ਵਿਆਖਿਆ ਕਰਦੇ ਅਸੀਂ ਕਹਿੰਦੇ ਕਿ ਸੰਸਕ੍ਰਿਤ ਦੇ ਹਿੰਦੂ ਸ਼ਬਦ ਪੰਕਤੀ 'ਚੋਂ ਲਿਆ ਹੋਵੇਗਾ ਹਿੰਦੀ ਦੇ ਸ਼ਬਦ ਦੇ ਵਿੱਚੋਂ, ਪਰ ਨਹੀਂ, ਇਹ ਵੀ ਪ੍ਰੋਟੋ ਮੁੰਡਾ ਸਕ੍ਰਿਪਚਰ ਦੇ ਵਿੱਚ ਮਿਲਦਾ ਪੰਗਤ। ਪੰਗਤ ਕਿਉਂ? ਤੁਸੀਂ ਵਿਆਹ ਸ਼ਾਦੀਆਂ 'ਚ ਵੇਖਿਆ ਜਦੋਂ ਅਸੀਂ ਟੇਬਲ 'ਤੇ ਗੋਲ ਦਾਇਰੇ 'ਚ ਬੈਠਦੇ ਹਾਂ ਤਾਂ ਸਾਡੀ ਆਮ ਕਰਕੇ ਮਾਨਸਿਕ ਤੌਰ 'ਤੇ ਭਾਵਨਾ ਹੁੰਦੀ ਹੈ ਕਿ ਸਾਡਾ ਪਰਿਵਾਰ ਜਾਂ ਸਾਡੇ ਜਾਣਨ ਵਾਲੇ ਲੋਕ ਸਾਡੇ ਦਾਇਰੇ 'ਚ ਹੋਣ। ਗੁਰੂ ਪਾਤਸ਼ਾਹ ਨੇ ਪੰਗਤ ਕਿਉਂ ਕਹੀ? ਕਿ ਜਦੋਂ ਇੱਕ ਲਾਈਨ 'ਚ ਬੈਠੋਗੇ ਤੁਹਾਡਾ ਦਾਇਰਾ ਟੁੱਟ ਜਾਵੇਗਾ। ਹੋ ਸਕਦਾ ਤੁਹਾਡੇ ਤੋਂ ਅਗਲਾ ਆਪਣਾ ਪਰਿਵਾਰਕ ਮੈਂਬਰ ਹੋ ਸਕਦਾ, ਉਹ ਤੋਂ ਅੱਗੇ ਕੋਈ ਗਰੀਬ ਵੀ ਹੋ ਸਕਦਾ, ਕੋਈ ਨੀਵੀਂ ਜਾਤੀ ਦਾ ਵੀ ਹੋ ਸਕਦਾ, ਕੋਈ ਉੱਚ ਜਾਤੀ ਦਾ ਵੀ ਹੋ ਸਕਦਾ। ਗੁਰੂ ਪਾਤਸ਼ਾਹ ਨੇ ਪੰਗਤ ਦਾ ਸਿਧਾਂਤ ਬਖਸ਼ਿਸ਼ ਕੀਤਾ, ਕੇਵਲ ਥੱਲੇ ਬੈਠ ਕੇ ਖਾਣਾ ਨਹੀਂ, ਇੱਕ ਖਾਸ ਲਾਈਨ ਦੇ ਵਿੱਚ, ਇੱਕ ਖਾਸ ਪਰੰਪਰਾ ਦੇ ਵਿੱਚ ਬੈਠ ਕੇ ਲੰਗਰ ਛਕਣਾ। ਹੁਣ ਉੱਥੇ ਅਕਬਰ ਵੀ ਛਕ ਰਿਹਾ। ਅਕਬਰ ਗੁਰੂ ਪਾਤਸ਼ਾਹ ਦੇ ਲੰਗਰ ਦੇ ਵਿੱਚ ਛਕਣ ਤੋਂ ਬਾਅਦ ਪ੍ਰਸ਼ਾਦਾ ਸੰਗਤ 'ਚ ਬੈਠਦਾ ਹੈ ਅਤੇ ਸੰਗਤ 'ਚ ਬੈਠ ਕੇ ਪ੍ਰਭਾਵਿਤ ਇੰਨਾ ਹੁੰਦਾ, ਕਹਿੰਦਾ ਹੈ ਕਿ ਮੈਂ ਕੁਛ ਭੇਟਾ ਕਰਨਾ ਚਾਹੁੰਦਾ। ਪਾਤਸ਼ਾਹ ਲੈਣ ਤੋਂ ਇਨਕਾਰ ਕਰ ਦਿੰਦੇ ਨੇ। ਉਹਦਾ ਕਾਰਨ ਕੀ ਹੈ? ਪਾਤਸ਼ਾਹ ਇਨਕਾਰ ਇਸ ਕਰਕੇ ਕਰਦੇ ਨੇ ਕਿ ਇਹ ਲੰਗਰ ਜਾਂ ਇਹ ਸੇਵਾਵਾਂ ਜੇਕਰ ਅੱਜ ਰਾਜ ਸੱਤਾ ਦੇ ਆਸਰੇ ਦੇ ਨਾਲ ਚੱਲਣਗੀਆਂ ਤਾਂ ਸਿੱਖਾਂ ਦੇ ਵਿੱਚ ਆਪ ਕਿਰਤ ਕਰਕੇ ਇਸ ਕਾਰਜ ਨੂੰ ਚਲਾਉਣ ਦੀ ਭਾਵਨਾ ਖਤਮ ਹੋ ਜਾਵੇਗੀ। ਪਾਤਸ਼ਾਹ ਕਹਿੰਦੇ ਨੇ ਨਹੀਂ, ਇਹ ਸਿੱਖ ਆਪਣੀ ਕਿਰਤ ਦੇ ਵਿੱਚੋਂ ਹੀ ਕਰਨਗੇ। ਔਰ ਜੋ ਕੁਛ ਹੁੰਦਾ ਰਿਹਾ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਲੈ ਕੇ, ਸਭ ਕੁਛ ਕਿਰਤ ਦੇ ਵਿੱਚੋਂ ਹੁੰਦਾ ਰਿਹਾ। ਦੂਸਰੇ ਪਾਤਸ਼ਾਹ ਵਾਣ ਵੱਟਦੇ ਰਹੇ ਨੇ। ਤੀਸਰੇ ਪਾਤਸ਼ਾਹ ਤਾਂ ਸ਼ੁਰੂ ਦੇ ਵਿੱਚ ਦਰਿਆਈ ਰੇਸ਼ਮ ਦਾ ਵਪਾਰ ਕਰਦੇ ਸੀ। ਇਹ ਟਰਕਿਸ਼ ਸ਼ਬਦ ਹੈ, ਰੇਸ਼ਮ ਦੀ ਜਿਸ ਤਰ੍ਹਾਂ ਬੜੀਆਂ ਕਿਸਮਾਂ ਨੇ, ਢਾਕੇ ਦੀ ਰੇਸ਼ਮ, ਦੂਜੀ ਰੇਸ਼ਮ, ਇਸੇ ਤਰ੍ਹਾਂ ਦਰਿਆਈ ਰੇਸ਼ਮ ਬੜੀ ਮਹਿੰਗੀ ਰੇਸ਼ਮ ਸੀ। ਗੁਰੂ ਪਾਤਸ਼ਾਹ ਉਸ ਦਾ ਵਪਾਰ ਕਰਿਆ ਕਰਦੇ ਸੀ ਜਿੰਨਾ ਚਿਰ ਬਾਸਰ ਕੇ ਰਹੇ ਨੇ, ਬਕਾਇਦਾ ਤੌਰ 'ਤੇ ਲਾਹੌਰ ਜਾਇਆ ਕਰਦੇ ਸੀ ਉਹਦੇ ਵਪਾਰ ਦੇ ਵਾਸਤੇ। ਸੋ ਇੰਨਾ ਵੱਡਾ ਢਾਂਚਾ ਜਿਹੜਾ ਸੀ ਉਹ ਗੁਰੂ ਪਾਤਸ਼ਾਹ ਨੇ ਸਿਰਜ ਕੇ ਸਾਡੀ ਝੋਲੀ ਦੇ ਵਿੱਚ ਪਾ ਦਿੱਤਾ। ਪਰ ਅੱਜ ਅਸੀਂ ਜਿਹੜੇ ਢਾਂਚਿਆਂ ਦੇ ਵਿੱਚ ਆਪਣੇ ਆਪ ਨੂੰ ਫਿੱਟ ਕਰਨ ਦਾ ਯਤਨ ਕਰ ਰਹੇ ਹਾਂ ਉਹਦੇ ਵਿੱਚ ਕੇਵਲ ਅਤੇ ਕੇਵਲ ਇੱਕ ਮਸ਼ੀਨ ਬਣ ਕੇ ਜ਼ਿੰਦਗੀ ਜੀਵੀ 'ਤੇ ਜਾ ਸਕਦੀ ਹੈ, ਤੁਸੀਂ ਉਹਦੇ 'ਚ ਜ਼ਿੰਦਗੀ ਦਾ ਆਨੰਦ ਨਹੀਂ ਮਾਣ ਸਕਦੇ। ਇਸ ਸਾਰੇ ਇਸ ਢਾਂਚੇ 'ਚ ਜਿਹਦੇ 'ਚ ਅਸੀਂ ਫਸਦੇ ਜਾ ਰਹੇ ਹਾਂ, ਜੀਵਨ ਦਾ ਜਿਹੜਾ ਉਹ ਆਨੰਦ ਹੈ ਉਹ ਨਹੀਂ ਮਾਣਿਆ ਜਾ ਸਕਦਾ। ਹੁਣ ਗੁਰੂ ਪਾਤਸ਼ਾਹ ਨੇ ਆਪਣੇ ਦਰਬਾਰ ਦੇ 'ਚ ਜਿਹੜੀਆਂ ਕਰੀਤੀਆਂ ਨੂੰ ਖਤਮ ਕੀਤਾ, ਸਾਡੇ ਇਹ ਜਿਹੜੇ ਸੈਮੀਨਾਰ ਹੁੰਦੇ ਨੇ ਉਹਦਾ ਮੁੱਖ ਪ੍ਰਯੋਜਨ ਤਾਂ ਇਹ ਹੁੰਦਾ ਉਹਨੂੰ ਸਮਝਣ ਦਾ ਯਤਨ ਕਰੀਏ ਕਿ ਅੱਜ ਅਸੀਂ ਉਹਨਾਂ 'ਚੋਂ ਬਾਹਰ ਆਏ ਹਾਂ। ਜੇ ਅਸੀਂ ਉਹਨਾਂ 'ਚੋਂ ਬਾਹਰ ਨਹੀਂ ਆਏ ਇਹਦਾ ਮਤਲਬ ਕਿ ਅਸੀਂ ਆਪਣੇ ਇਤਿਹਾਸ ਤੋਂ ਕੋਈ ਵੀ ਸੇਧ ਲੈਣ ਦਾ ਯਤਨ ਨਹੀਂ ਕੀਤਾ। ਅਤੇ ਗੁਰਦੇਵ ਪਾਤਸ਼ਾਹ ਨੇ ਜਿਹੜੀਆਂ ਸਾਡੇ 'ਤੇ ਬਖਸ਼ਾਂ ਅਤੇ ਰਹਿਮਤਾਂ ਕੀਤੀਆਂ, ਜਿਹੜਾ ਢਾਂਚਾ ਸਿਰਜਿਆ ਉਹਦਾ ਮਾਡਲ ਤਾਂ ਅੱਜ ਅਸੀਂ ਹੌਲੀ ਹੌਲੀ ਤੋੜਨਾ ਸ਼ੁਰੂ ਕਰ ਦਿੱਤਾ। ਅਸੀਂ ਅੱਜ ਦੇ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਜੇ ਅਸੀਂ ਕੀ ਕਾਰੋਬਾਰੀ ਅਦਾਰਿਆਂ ਦੇ ਢਾਂਚੇ ਦੇ ਵਿੱਚ ਆਪਣੇ ਆਪ ਨੂੰ ਇੰਨਾ ਵਿਅਸਤ ਕਰ ਲਿਆ ਕਿ ਅਸੀਂ ਹੌਲੀ ਹੌਲੀ ਗੁਰੂ ਤੋਂ ਟੁੱਟਦੇ ਜਾ ਰਹੇ ਹਾਂ। ਸੋ ਸਮਾਪਤੀ ਕਰਨ ਦਾ ਮੇਰਾ ਵਕਤ ਹੈ, ਇੱਕ ਆਖਰੀ ਗੱਲ ਕਹਿ ਕੇ ਸਮਾਪਤੀ ਕਰਦੇ ਹਾਂ। ਜਨਮ ਸੂਤਕ ਪਾਤਕ ਇਹਨਾਂ ਸਾਰੀਆਂ ਚੀਜ਼ਾਂ ਨੂੰ ਗੁਰੂ ਪਾਤਸ਼ਾਹ ਕਿਵੇਂ ਤੋੜਦੇ ਨੇ? ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਗੁਰੂ ਪਾਤਸ਼ਾਹ ਆਪਣੇ ਜਾਣ ਤੋਂ ਬਾਅਦ ਕੀ ਕੁਝ ਹੋਵੇ ਆਪ ਦੱਸ ਕੇ ਜਾਂਦੇ ਨੇ। ਮੈਂ ਪਿੱਛੋਂ ਕੀਰਤਨ ਕਰਿਓ, ਨਿਰਵਾਣ ਜੀਓ, ਕੇਸੋ ਗੋਪਾਲ ਪੰਡਿਤ ਸੱਦਿਓ, ਹਰ ਕਥਾ ਪੜ੍ਹੇ ਪੁਰਾਣ ਜੀਓ, ਕਿ ਮੇਰੇ ਮਰਨ ਤੋਂ ਬਾਅਦ ਜਿਹੜਾ ਲਾਸ਼ ਨੂੰ ਥੱਲੇ ਮੰਜੀ 'ਤੇ ਨਹੀਂ ਲਾਉਣਾ,
ਦੀਵਾ ਨਹੀਂ ਲਾਉਣਾ, ਕਿਉਂਕਿ ਗੁਰਬਾਣੀ ਦੇ ਵਿੱਚ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ, ਓਏ ਚਾਨਣ ਓਏ ਸੋਖਿਆ ਛੂਟਾ ਜਮ ਸਿਉ ਮੇਲ। ਸੋ ਉਹ ਦੀਵਾ ਨਹੀਂ ਬਾਲਣਾ, ਗਿਆਨ ਦਾ ਦੀਵਾ ਬਾਲਣਾ। ਮੇਰੇ ਅੰਤਮ ਸੰਸਕਾਰ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਕਿਰਿਆ ਕਰਮ ਇਵੇਂ ਦਾ ਨਹੀਂ ਕਰਨਾ ਜਿਹੜਾ ਕਿ ਤੁਹਾਨੂੰ ਕਰਮ ਕਾਂਡਾਂ ਦੇ ਨਾਲ ਜੋੜਦਾ ਹੋਵੇ। ਇਹ ਇੱਕ ਸਰੀਰ ਹੈ, ਜਿਸ ਸਰੀਰ ਦੇ ਪੰਜ ਤੱਤਾਂ ਨੇ, ਪੰਜ ਤੱਤਾਂ ਦੇ ਵਿੱਚ ਰਲ ਜਾਣਾ, ਕੋਈ ਵੀ ਇਵੇਂ ਦਾ ਕਰਮ ਨਹੀਂ ਕਰਨਾ। ਇਹ ਸਾਡੇ ਵਾਸਤੇ ਸੀ, ਪਰ ਅਸੀਂ ਸੋਚੀਏ ਕਿ ਅਸੀਂ ਅੱਜ ਇਹ ਕੁਛ ਨਹੀਂ ਕਰਦੇ, ਕਿ ਅਸੀਂ ਮੜੀਆਂ 'ਚ ਰੋਟੀਆਂ ਰੱਖ ਕੇ ਨਹੀਂ ਆਉਂਦੇ, ਕਿ ਅਸੀਂ ਅੱਜ ਵਰੀਣੇ ਦੇ ਰੂਪ 'ਚ ਸ਼ਰਾਧ ਨਹੀਂ ਕਰਦੇ, ਕਿ ਅੱਜ ਅਸੀਂ ਘਰਾਂ ਦੇ ਵਿੱਚ ਕਿਸੇ ਦੀ ਮੌਤ ਹੋਣ ਉਪਰੰਤ ਇਵੇਂ ਦੀਆਂ ਰਸਮਾਂ ਨਹੀਂ ਕਰਦੇ। ਮੈਂ ਇੱਕ ਛੋਟੀ ਜਿਹੀ ਗੱਲ ਸਾਂਝੀ ਕਰਦਾ, ਮੇਰੇ ਪਿਤਾ ਦੀ ਮੌਤ ਹੋਈ, ਲਾਸ਼ ਘਰ ਪਈ ਸੀ ਕਿਉਂਕਿ ਪਰਿਵਾਰ ਅਮਰੀਕਾ ਸੀ, ਉਹਨਾਂ ਨੂੰ ਉਡੀਕਣਾ ਸੀ, ਅਤੇ ਸਾਡੀ ਇੱਕ ਗੁਆਂਢਣ ਆਈ। ਸੇਵਕ ਵੀਰ ਜੀ, ਪਤਾ ਨਹੀਂ ਤੁਹਾਡੇ ਇਲਾਕੇ 'ਚ ਹੈ ਕਿ ਨਹੀਂ ਪਰੰਪਰਾ ਸਾਡੇ ਹੈਗੀ ਆ, ਉਹ ਮੈਨੂੰ ਆ ਕੇ ਕਹਿੰਦੀ ਕਾਨਾ ਨਹੀਂ ਰੱਖਿਆ ਨਾਲ। ਮੈਂ ਕਿਹਾ ਕਾਨਾ ਕਿਉਂ ਰੱਖਣਾ? ਕਹਿੰਦੀ ਜੇ ਕਾਨਾ ਨਾਲ ਨਹੀਂ ਰੱਖੋਗੇ। ਕਿਸੇ ਨੇ ਸੁਣੀ ਹੈ ਪਰੰਪਰਾ ਜੀ? ਹਾਂ ਸੁਣੀ ਹੈ, ਬਹੁਤ ਸਾਰੇ ਥਾਵਾਂ 'ਤੇ ਹੈਗੀ, ਸਾਡੇ ਮਾਝੇ 'ਚ ਤਾਂ ਬਹੁਤ ਆ। ਕਹਿੰਦੇ ਲਾਸ਼ ਜਿਹੜੀ ਲੰਮੀ ਹੋ ਜਾਂਦੀ ਜੇ ਕਾਨਾ ਨਾ ਰੱਖੀਏ। ਮੈਂ ਕਿਹਾ ਮੈਂ ਰੋਜ਼ ਲੈਕਚਰ ਕਰਨ ਜਾਂਦਾ ਅਤੇ ਸਫ਼ਰ ਕਰਦਾ ਸੜਕਾਂ 'ਤੇ, ਲੋਕ ਮਰੇ ਪਏ ਹੁੰਦੇ ਨੇ, ਕੋਈ ਲੰਮਾ ਨਹੀਂ ਹੁੰਦਾ, ਕਿਸੇ ਨੇ ਅੱਗੇ ਕਾਨਾ ਨਹੀਂ ਰੱਖਿਆ ਹੁੰਦਾ। ਕਹਿੰਦੀ ਨਹੀਂ, ਇਹ ਜ਼ਰੂਰੀ ਹੈ, ਗਤੀ ਨਹੀਂ ਹੋਣੀ, ਫਿਰ ਇਹ ਵਹਿਮ ਪਾਤਾ ਜਾਂਦਾ। ਮੈਂ ਕਿਹਾ ਅਸੀਂ ਕਾਨਾ ਨਹੀਂ ਰੱਖਣਾ। ਕਹਿੰਦੀ ਰੱਖਣਾ ਕਿਉਂ ਨਹੀਂ? ਮੈਂ ਕਿਹਾ ਕਿਉਂਕਿ ਅਸੀਂ ਸਿੱਖ ਆ, ਮੁਸਲਮਾਨ ਨਹੀਂ। ਕਹਿੰਦੀ ਜੇ ਸਿੱਖੀ ਅਤੇ ਮੁਸਲਮਾਨੀ ਦੀ ਗੱਲ ਕਿੱਥੋਂ ਆ ਗਈ? ਮੈਂ ਕਿਹਾ ਉਹਨਾਂ ਦੀ ਮਜਬੂਰੀ ਸੀ ਕਿ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਸੀ, ਮਰੇ ਹੋਏ ਵਿਅਕਤੀ ਦੇ ਸਰੀਰ ਦੇ ਨਾਲ ਮਿਣ ਕੇ ਕਾਨਾ ਰੱਖ ਦਿੰਦੇ ਸੀ, ਇੰਨਾ ਕਰਦਿਆ, ਅਤੇ ਉਹਦੀ ਕਬਰ ਪੁੱਟਣ ਤੋਂ ਪਹਿਲਾਂ ਉਹ ਕਾਨਾ ਕਬਰ 'ਚ ਲਿਜਾਇਆ ਜਾਂਦਾ ਸੀ, ਕਿਤੇ ਇਹ ਨਾ ਹੋਵੇ ਬੰਦਾ ਲੰਬਾ ਹੋਵੇ ਜਾਂਦੇ, ਉਹਨਾਂ ਦੀ ਕਬਰ ਛੋਟੀ ਹੋਵੇ ਅਤੇ ਵਿੱਚ ਆਵੇ ਹੀ ਨਾ। ਸੋ ਕਾਨਾ ਜਿਹੜਾ ਸੀ ਉਹਦੇ ਕਰਕੇ ਰੱਖਿਆ ਜਾਂਦਾ ਸੀ। ਸੋ ਇਵੇਂ ਦੀਆਂ ਗੱਲਾਂ ਜਿਹੜੀਆਂ ਨੇ ਸਾਡੇ ਮਨਾਂ 'ਚ ਭਰ ਦਿੱਤੀਆਂ ਗਈਆਂ, ਗੁਰੂ ਨੇ ਸਾਰੇ ਉਹ ਭਰਮ ਦੇ ਜਿਹੜੇ ਬੰਧਨ ਸੀ ਤੋੜ ਦਿੱਤੇ। ਫੂਟੋ ਆਂਡਾ ਭਰਮ ਕਾ ਮਨੇ ਭਇਆ, ਪ੍ਰਗਾਸ ਕਾਟੀ ਬੇੜੀ ਪਗੇ ਅਤੇ ਗੁਰਕੀਨੀ ਬੰਦ ਖਲਾਸ। ਸੋ ਮਾਨਸਿਕ ਤੌਰ 'ਤੇ ਇਸ ਬੰਦ ਖਲਾਸੀ 'ਚ ਅਵਸਥਾ 'ਚ ਆਓ। ਵਕਤ ਮੇਰਾ ਸਮਾਪਤ, ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ, ਸਤਿਕਾਰ ਸਾਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨ ਦੀ ਰੋਸ਼ਨੀ ਦੇ ਵਿੱਚ ਸ਼ਸਤਰ ਪਰੰਪਰਾ ਦਾ ਵਿਕਾਸ, ਇਸ ਵਿਸ਼ੇ ਦੇ ਉੱਪਰ ਕੱਲ੍ਹ ਮੇਰਾ ਲੈਕਚਰ ਜਿਹੜਾ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਦੇ ਵਿੱਚ ਹੈ, ਜਿਹੜੇ ਵੀ ਆ ਸਕਦੇ ਨੇ ਉੱਥੇ ਜ਼ਰੂਰ ਮੈਨੂੰ ਮਿਲ ਲੈਣ। ਸੋ ਇੱਕ ਵਾਰੀ ਫਿਰ ਫਤਿਹ ਦੀ ਸਾਂਝ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਖਿਆਲ ਦੇ ਨਾਲ 11 ਵਜੇ ਆ ਜੀ। ਸੋ ਬਹੁਤ ਬਹੁਤ ਧੰਨਵਾਦ ਡਾਕਟਰ ਸੁਖਪ੍ਰੀਤ ਸਿੰਘ ਜੀ ਉਦੋਂ ਕਿ ਜੋ ਬਹੁਤ ਹੀ ਡੂੰਘੀਆਂ ਔਰ ਬਹੁਤ ਜ਼ਿਆਦਾ ਸੁਚੱਜੀਆਂ ਵਿਚਾਰਾਂ ਆਪ ਸਭ ਸੰਗਤਾਂ ਨਾਲ ਸਾਂਝੀਆਂ ਕਰ ਰਹੇ ਸੀ। ਮੈਂ ਇਹਨਾਂ ਨੂੰ, ਦੋਨਾਂ ਵਿਦਵਾਨਾਂ ਨੂੰ ਇਹ ਰਿਕੁਐਸਟ ਵੀ ਕਰਦਾ ਕਮੇਟੀ ਵੱਲੋਂ ਕਿ ਇਹ ਸੈਮੀਨਾਰ ਹੁਣ ਅਸੀਂ ਕਰਾਉਣਾ ਚਾਹੁੰਦੇ ਹਾਂ ਆਉਣ ਵਾਲੇ ਟਾਈਮ ਦੇ ਵਿੱਚ, ਅਤੇ ਜਿੱਦਾਂ ਵੀ ਬੇਨਤੀ ਕਰਾਂਗੇ ਅਤੇ ਸਾਨੂੰ ਜਮ੍ਹਾਂ ਸਮਾਂ ਦਿੱਤਾ ਜਾਵੇ। ਸੋ ਹੁਣ ਮੈਂ ਬੇਨਤੀ ਕਰਾਂ, ਸੇਵਾਦਾਰ ਜਗਰੂਪ ਸਿੰਘ, ਸੇਵਾਦਾਰ ਜਗਰੂਪ ਸਿੰਘ ਜੀ ਸਟੇਜ 'ਤੇ ਆ ਜਾਣ, ਜਿਨ੍ਹਾਂ ਦਾ ਦਿੱਲੀ ਕਮੇਟੀ ਵੱਲੋਂ ਸਨਮਾਨ ਕੀਤਾ ਜਾਣਾ, ਜਿਨ੍ਹਾਂ ਨੇ ਆਪਣੀ ਸੇਵਾ ਕਰਦਿਆਂ ਕਰਦਿਆਂ ਸੰਗਤ ਨੂੰ ਪ੍ਰੇਰਨ ਦਾ ਵੀ ਉਪਰਾਲਾ ਕੀਤਾ ਸੀ। ਸੇਵਾਦਾਰ ਜਗਰੂਪ ਸਿੰਘ ਜੀ ਅਗਰ ਆਏ ਨੇ ਤਾਂ
ਖਾਲਸਾ ਆਓ ਜੀ, ਫਤਿਹ ਆਓ ਜੀ। ਮੈਂ ਜਨਰਲ ਸਕੱਤਰ ਜਗਦੀਪ ਸਿੰਘ ਜੀ ਕਾਲੋਂ, ਮੈਂਬਰ ਹਰਜੀਤ ਸਿੰਘ ਪੱਪਾ ਜੀ, ਮੈਂਬਰ ਹਰਵਿੰਦਰ ਸਿੰਘ ਪਰਵਿੰਦਰ ਸਿੰਘ ਲੱਕੀ ਜੀ, ਉਹਨਾਂ ਨੂੰ ਬੇਨਤੀ ਕਰਾਂ ਕਿ ਸੇਵਾਦਾਰ ਜਗਰੂਪ ਸਿੰਘ ਜੀ ਉਹਨਾਂ ਦਾ ਸਨਮਾਨ ਕੀਤਾ ਜਾਣਾ ਇੱਕ ਸ਼ਾਲ ਵਜੋਂ। ਬੋਲੇ ਸੋ ਨਿਹਾਲ, ਸਾਡੀ ਸਾਰਿਆਂ ਸੇਵਾਦਾਰਾਂ ਨੂੰ ਬੇਨਤੀ ਹੈ ਜਿੰਨੇ ਵੀ ਦਿੱਲੀ ਕਮੇਟੀ ਸੇਵਾਵਾਂ ਨਿਭਾ ਰਹੇ ਨੇ ਕਿ ਜਦੋਂ ਸੰਗਤ ਆਵੇ ਉਹਨਾਂ ਨੂੰ ਬੜੇ ਪਿਆਰ ਨਾਲ ਸੰਬੋਧਨ ਕਰੋ, ਬੜੇ ਪਿਆਰ ਨਾਲ ਉਹਨਾਂ ਨੂੰ ਬਿਠਾਓ, ਬੜੇ ਪਿਆਰ ਨਾਲ ਉਹਨਾਂ ਨੂੰ ਗਾਈਡ ਕਰੋ ਤਾਂ ਕਿ ਉਹਨਾਂ ਨੂੰ ਲੱਗੇ ਕਿ ਦਿੱਲੀ ਕਮੇਟੀ ਗੁਰਦੁਆਰੇ ਵਿੱਚ ਜਾ ਕੇ ਸਾਡਾ ਕਿੰਨਾ ਸਨਮਾਨ ਹੋਇਆ। ਇੱਕ ਵਾਰ ਅਸੀਂ ਕਿਸੇ ਚਰਚ ਵਿੱਚ ਚਲੇ ਗਏ ਅਤੇ ਉਹ ਚਰਚ ਦੇ ਜਿੰਨੇ ਵੀ ਉਹਨਾਂ ਦੇ ਪਾਸਟਰ ਸੀ ਜਾਂ ਜੋ ਵੀ ਉਹਨਾਂ ਦੀ ਟੇਕ ਕੇਅਰ ਕਰਦੇ ਨੇ, ਉਹਨਾਂ ਨੇ ਇਹ ਗੱਲ ਮੈਂ ਕਰ ਰਿਹਾ ਕਲੋਨ ਦੀ, ਇੰਨਾ ਉਹਨਾਂ ਨੇ ਸਾਡੀ ਰਿਸਪੈਕਟ ਕੀਤੀ, ਉਹਨਾਂ ਨੂੰ ਲੱਗਿਆ ਕਿ ਜਿੱਦਾਂ ਰੱਬ ਇਹੋ ਹੀ ਨੇ ਇਹੋ ਹੀ ਆ ਗਏ ਸਾਡੇ ਰੱਬ ਬਣ ਕੇ ਕਮਿਟ, ਅਤੇ ਸਾਨੂੰ ਲੱਗਿਆ ਕਿ ਕਿੰਨੀ ਰਿਸਪੈਕਟ ਕੀਤੀ ਹੈ। ਇੱਦਾਂ ਹੀ ਜਦੋਂ ਸਾਡੇ ਵਿੱਦਿਅਕ ਅਦਾਰਿਆਂ ਵਿੱਚ ਜਾਂ ਗੁਰਦੁਆਰਿਆਂ ਵਿੱਚ ਕੋਈ ਆਵੇ ਤਾਂ ਉਹਨਾਂ ਦੀ ਵਾਕਈ ਇੰਨੀ ਰਿਸਪੈਕਟ ਹੋਣੀ ਚਾਹੀਦੀ ਹੈ, ਤਾਂ ਉਹਨਾਂ ਦਾ ਸਾਡੇ ਲਈ ਭਾਵਨਾ ਅਤੇ ਪ੍ਰੇਮ ਪੈਦਾ ਹੋਏਗਾ। ਸੋ ਹੁਣ ਮੈਂ ਬੇਨਤੀ ਕਰਾਂ ਜਨਰਲ ਸਕੱਤਰ ਜਗਦੀਪ ਸਿੰਘ ਕਾਲੋ ਉਹਨਾਂ ਨੂੰ ਇਸ ਸੈਮੀਨਾਰ ਨੂੰ ਕਰਾਉਣ ਵਾਸਤੇ, ਜੋ ਸਾਨੂੰ ਪਹਿਲੀ ਵਾਰੀ ਇਹ ਕਰਾਇਆ ਸੈਮੀਨਾਰ, ਅਤੇ ਡਾਕਟਰ ਸੇਵਕ ਸਿੰਘ ਵੀ ਮੈਨੂੰ ਲੱਗਦਾ ਦਿੱਲੀ ਵਿੱਚ ਪਹਿਲੀ ਵਾਰ ਲੈਕਚਰ ਕਰ ਰਹੇ ਸੀ। ਸੋ ਮੈਂ ਬੇਨਤੀ ਕਰਾਂ ਡਾਕਟਰ ਹਰਬੰਸ ਕੌਰ ਸੱਗੂ ਜੀ, ਉਹਨਾਂ ਨੂੰ ਬੇਨਤੀ ਕਰਾਂ, ਉਹਨਾਂ ਨੂੰ ਵੀ ਇੱਕ ਸਨਮਾਨ ਕੀਤਾ ਜਾਣਾ ਇੱਕ ਸ਼ਾਲ ਵਜੋਂ। ਜਨਰਲ ਸਕੱਤਰ ਜਗਦੀਪ ਸਿੰਘ ਜੀ ਕਾਲੋਂ ਨੂੰ ਮੈਂ ਬੇਨਤੀ ਕਰ ਰਿਹਾ ਕਿ ਡਾਕਟਰ ਹਰਬੰਸ ਕੌਰ ਸੱਗੂ ਜੀ ਨੂੰ ਸਨਮਾਨ ਕਰਨਗੇ, ਉਹ ਸਾਡੇ ਕਮੇਟੀ ਦੇ ਮੈਂਬਰ ਸਾਹਿਬਾਨ ਵੀ ਆ ਜਾਣ, ਇੰਦਰਜੀਤ ਸਿੰਘ ਮੌਂਟੀ ਜੀ ਵੀ ਆ ਜਾਣ, ਕੋ ਚੇਅਰਮੈਨ ਡਾਕਟਰ ਹਰਪ੍ਰੀਤ ਕੌਰ ਜੀ, ਡਾਕਟਰ ਹਰਪ੍ਰੀਤ ਕੌਰ ਜੀ ਪ੍ਰਿੰਸੀਪਲ ਗੁਰਦੁਆਰਾ ਚਲੇ ਗਏ। ਬੋਲੇ ਸੋ ਨਿਹਾਲ, ਮੱਖਣ ਸਿੰਘ ਜੀ ਐਕਸ ਹੈ ਐਕਸ ਡਿਪਟੀ ਜਨਰਲ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ, ਉਹ ਵੀ ਆਏ ਨੇ, ਹਰ ਸਾਲ ਆਪਣੀ ਨਵੀਂ ਬੁੱਕ ਲਾਂਚ ਕਰਦੇ ਨੇ, ਉਹਨਾਂ ਨੇ ਆਪਣੀ ਬੁੱਕ ਪ੍ਰੈਜੈਂਟ ਕਰਨੀ ਹੈ ਡਾਕਟਰ ਸਾਹਿਬ ਨੂੰ, ਅੱਜ ਨਵੀਂ ਬੁੱਕ ਵੀ ਇਹਨਾਂ ਦੀ ਰਿਲੀਜ਼ ਹੋਣੀ ਹੈ। ਮੈਂ ਸੰਗਤ ਨੂੰ ਬੇਨਤੀ ਕਰਾਂ ਕਿ 2 ਮਿੰਟ ਦਾ ਸਮਾਂ ਹੋਰ ਦੇ ਦਿਓ, ਫਿਰ ਆਪਾਂ ਸਾਰੇ ਲੰਗਰ ਪ੍ਰਸ਼ਾਦਾ ਛੱਕ ਕੇ ਆਪਾਂ ਆਪਣੇ ਘਰਾਂ ਨੂੰ ਚਾਲੇ ਪਾਵਾਂਗੇ ਜੀ। ਡਾਕਟਰ ਹਰਪ੍ਰੀਤ ਕੌਰ ਜੀ, ਡਾਕਟਰ ਹਰਪ੍ਰੀਤ ਕੌਰ ਜੀ ਪ੍ਰਿੰਸੀਪਲ ਮਾਤਾ ਸੁੰਦਰੀ ਕਾਲਜ, ਉਹਨਾਂ ਦਾ ਸਨਮਾਨ ਕੀਤਾ ਜਾਣਾ। ਰਮਨਜੋਤ ਸਿੰਘ ਮੀਤਾ ਜੀ, ਉਹ ਵੀ ਅੱਗੇ ਆ ਜਾਣ, ਮੈਂਬਰ ਸਾਹਿਬਾਨ ਅੱਗੇ ਆ ਜਾਓ। ਪਰਵਿੰਦਰ ਸਿੰਘ ਲੱਕੀ ਜੀ ਮੈਂ ਨਾਮ ਲਿਆ ਸੀਗਾ ਅੱਗੇ, ਕੁਸ਼ਚਨ ਨਹੀਂ ਬਾਹਰ ਕਿਹਾ ਉਹਨਾਂ ਨੇ। ਸੋ ਡਾਕਟਰ ਸੇਵਕ ਸਿੰਘ ਜੀ, ਡਾਕਟਰ ਸੁਖਪ੍ਰੀਤ ਸਿੰਘ ਜੀ ਨੂੰ ਬੇਨਤੀ ਕਰਾਂ ਕਿ ਸਰਦਾਰ ਮੱਖਣ ਸਿੰਘ ਜੀ ਉਹਨਾਂ ਵੱਲੋਂ ਐਕਸ ਡਿਪਟੀ ਜਨਰਲ ਮੈਨੇਜਰ ਨੇ ਪੰਜਾਬ ਐਂਡ ਸਿੰਧ ਬੈਂਕ ਦੇ, ਉਹਨਾਂ ਵੱਲੋਂ ਬੁੱਕ ਰਿਲੀਜ਼ ਕੀਤੀ ਜਾਣੀ ਹੈ।
ਸੋ ਆਈਆਂ ਸਾਰੀਆਂ ਸੰਗਤਾਂ ਦਾ ਹੈੱਡ ਗ੍ਰੰਥੀ ਸਾਹਿਬਾਨ, ਰਾਗੀ ਸਾਹਿਬਾਨ, ਅਧਿਆਪਕ ਸਾਹਿਬਾਨ, ਪ੍ਰਿੰਸੀਪਲ ਸਾਹਿਬਾਨ, ਪ੍ਰਿੰਸੀਪਲ ਸਾਹਿਬਾਨ ਔਰ ਸਾਰੀਆਂ ਸੰਗਤਾਂ, ਵੋਲੰਟੀਅਰਸ, ਗੁਰਮਤਿ ਕੈਂਪਾਂ ਵਾਲੇ ਵੋਲੰਟੀਅਰਸ ਔਰ ਜਿੰਨੀਆਂ ਵੀ ਸੰਗਤਾਂ, ਆਪ ਸਰੋਤੇ ਬਣ ਕੇ, ਜਗਿਆਸੂ ਬਣ ਕੇ ਇਸ ਸੈਮੀਨਾਰ ਨੂੰ ਸੁਣਨ ਵਾਸਤੇ ਆਏ ਹੋ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ, ਧਰਮ ਪ੍ਰਚਾਰ ਕਮੇਟੀ ਵੱਲੋਂ ਸਾਰਿਆਂ ਦਾ ਤਹਿ ਦਿਲੋਂ ਜੀ ਆਇਆਂ ਔਰ ਬਹੁਤ ਮਾਣ ਸਤਿਕਾਰ ਦਿੰਦੇ ਹਾਂ, ਪਿਆਰ ਦਿੰਦੇ ਹਾਂ। ਅੱਗੋਂ ਵੀ ਜਦੋਂ ਇਹ ਸਨਮਾਨ, ਜਦੋਂ ਆਪਾਂ ਸੈਮੀਨਾਰ ਕਰਾਵਾਂਗੇ ਉਦੋਂ ਵੀ ਤੁਸੀਂ ਇੱਦਾਂ ਹੀ ਸਾਨੂੰ ਮਾਣ ਸਤਿਕਾਰ ਦੇਣਾ ਜੀ। ਅੱਜ ਦੇ ਇਸ ਸੈਮੀਨਾਰ ਦੀ ਸਮਾਪਤੀ ਹੈ, ਸਾਰਿਆਂ ਨੇ ਗੁਰਕਾ ਲੰਗਰ ਨੀਚੇ ਤਿਆਰ ਹੈ, ਲੰਗਰ ਛੱਕ ਕੇ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ ਜੀ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ।